स्वागत करते हैं सब दर्शकों का विशेष प्रोग्राम दे विच। ते असीं आए हुए हैं नडाला दे स्टार पैलेस दे विच, जिथे कि अज अखां दा एक फ्री मुफ्त कैंप जो है ये लगाया गया है। लगाया गया है सुख सागर रेडियो यूके उस दे संचालक जोरावर सिंह जी गाखल ते इस दे नाल ही कुछ होर संगतां दे सहयोग दे नाल, जिन्हां दे विच के सोहन सिंह बीकानेरिया ते दविंदर सिंह बैंस भी शामिल ने, रजिंदर राजन जलंधर तों उन्हां दे भी विशेष सहयोग दे सदका ये जो अखां दा मुफ्त कैंप है नडाला विखे लगाया गया। सब तो पहला असीं जोरावर सिंह गाखल जी का प्रोग्राम दे विच करदे हां, निघा स्वागत। स्वागत है जी। पंजाब पंजाबी ते पंजाबीयत नूं मिथ के प्यार करन वाले तमाम अदीबां नूं खाकसर जोरावर सिंह गाखल वालों सत श्री अकाल, अदावत ते नमस्कार। और बड़ी खुशी हो रही है कि अज एक बार फिर मुड़ के ਉਹੀ ਗੱਲਾਂ ਦਾ ਸਿਲਸਿਲਾ ਜੋ ਕਿ ਮੈਂ ਟੋਰੰਟੋ ਵਿਖੇ ਆਪ ਜੀ ਨਾਲ ਮੁਲਾਕਾਤ ਹੋਈ ਸੀ। ਸਤਪਾਲ ਜੀ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਫਿਰ ਤੁਸੀਂ ਮੈਨੂੰ ਮੌਕਾ ਨਸੀਬ ਹੋਇਆ ਕਿ ਤੁਹਾਡੇ ਨਾਲ ਰੂਬਰੂ ਹੋਣ ਦਾ। ਸੋ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ, ਬਹੁਤ ਧੰਨਵਾਦ। ਜੋਰਾਵਰ ਸਿੰਘ ਗਾਖਲ ਇਹ ਜਾਣੇ ਜਾਂਦੇ ਨੇ ਸਮਾਜ ਭਲਾਈ ਦੇ ਕੰਮਾਂ ਦੇ ਲਈ, ਖਾਸ ਤੌਰ 'ਤੇ ਜਦੋਂ ਭਾਰਤ ਚੱਲ ਕੇ ਆਉਂਦੇ ਨੇ ਇੰਗਲੈਂਡ ਦੀ ਬਰਤਾਨੀਆ ਦੀ ਧਰਤੀ ਤੋਂ। ਅਤੇ ਦੱਸੋਗੇ ਸਾਡੇ ਦਰਸ਼ਕਾਂ ਨੂੰ ਕਿ ਤੁਸੀਂ ਕਿਹੜੇ ਕਿਹੜੇ ਕਾਰਜ ਜਦੋਂ ਵੀ ਆਉਂਦੇ ਹੋ ਅਤੇ ਸਮਾਜ ਭਲਾਈ ਦੇ ਕਰਦੇ ਹੋ? ਜੀ ਹਾਂ, ਬਹੁਤ ਬਹੁਤ ਧੰਨਵਾਦ ਜੀ। ਇਹਦੇ ਨਾਲ ਮੈਂ ਦੱਸਣਾ ਚਾਹਾਂਗਾ ਕਿ ਸੁੱਖ ਸਾਗਰ ਰੇਡੀਓ ਇੱਕ ਅਜਿਹਾ ਵਾਹਿਦ ਅਦਾਰਾ ਹੈ ਜਿੱਥੋਂ, ਚੂੰਕਿ ਇੱਕ ਧਾਰਮਿਕ ਅਦਾਰਾ ਹੋਣ ਦੇ ਨਾਤੇ ਅਸੀਂ ਉਸ ਨੂੰ ਜੋ ਕਿ ਗੁਰਬਾਣੀ ਅਸੀਂ ਪ੍ਰੀਚ ਕਰਦੇ ਹਾਂ ਤਾਂ ਉਹਨੂੰ ਅਸੀਂ ਕਈ ਵਾਰੀ ਪ੍ਰੈਕਟੀਕਲੀ ਹੰਡਾਉਂਦੇ ਨਹੀਂ ਹੈ। ਸੋ ਅਸੀਂ ਇਹ ਕਹਿੰਦੇ ਹਾਂ ਕਿ ਜੋ ਵੀ ਕੰਮ ਹੈ ਕੋਈ ਪ੍ਰੈਗਮੈਟਿਕ ਤਰੀਕੇ ਦੇ ਨਾਲ ਪ੍ਰੈਕਟੀਕਲੀ ਉਹ ਹੰਡਾਉਣਾ ਚਾਹੀਦਾ। ਜੇ ਗੁਰਬਾਣੀ ਸਾਨੂੰ ਕੁਝ ਸਮਝਾਉਂਦੀ ਹੈ ਤਾਂ ਉਹਦਾ ਅਰਥ ਕੀ ਹੈ ਉਹ ਸਾਨੂੰ ਸਮਝਣੇ ਚਾਹੀਦੇ ਆ। ਸੁੱਖ ਸਾਗਰ ਰੇਡੀਓ ਵੱਲੋਂ 3 ਅੱਖਾਂ ਦੇ ਕੈਂਪ ਆਯੋਜਿਤ ਕੀਤੇ ਜਾਂਦੇ ਨੇ ਹਰ ਸਾਲ। ਉਸ ਦੇ ਨਾਲ ਨਾਲ ਹੀ ਅਸੀਂ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਦੇ, ਤਕਰੀਬਨ 70 ਤੋਂ 80 ਲੜਕੀਆਂ ਦੀਆਂ ਫਰੀ ਆਫ ਚਾਰਜ ਕੋਈ ਸ਼ਾਦੀਆਂ ਕੀਤੀਆਂ ਜਾਂਦੀਆਂ ਨੇ। ਜੋ ਨਿਰਧਨ ਲੋਕ ਨੇ, ਜੋ ਗਰੀਬ ਨੇ, ਲਾਚਾਰ ਨੇ, ਇੱਥੇ ਉਹਨਾਂ ਬੱਚਿਆਂ ਦੀਆਂ ਸ਼ਾਦੀਆਂ ਕੀਤੀਆਂ ਜਾਂਦੀਆਂ। ਉਸ ਦੇ ਨਾਲ ਨਾਲ ਹੀ ਕੋਈ ਗਰੀਬ ਲੋਕ ਜੋ ਜਿਹਨਾਂ ਦੇ ਵਿੱਚੋਂ ਕਈ ਜਿਵੇਂ ਕੈਂਸਰ ਦੇ ਮਰੀਜ਼ ਨੇ, ਕਿਸੇ ਨੂੰ ਬ੍ਰੇਨ ਟਿਊਮਰ ਹੈ, ਉਹ ਵੀ ਓਕੇਜਨਲੀ ਸਾਡੇ ਪੁਲਿਸ ਜਦੋਂ ਵੀ ਕੋਈ ਕੇਸ ਆਉਂਦਾ ਉਹਨਾਂ ਦੇ ਲਈ ਵੀ ਅਸੀਂ ਸੇਵਾ ਮੁਹੱਈਆ ਫਰੀ ਆਫ ਚਾਰਜ ਕਰਦੇ ਹਾਂ। ਅੱਛਾ, ਕਿਵੇਂ ਤੁਹਾਡੇ ਵਿਚਾਰ ਦੇ ਵਿੱਚ ਆਇਆ ਕਿ ਤੁਸੀਂ ਇਹ ਕਾਰਜ ਕਰਨਾ ਲੋਕਾਂ ਦੀ ਭਲਾਈ ਲਈ? ਦੇਖੋ ਜੀ, ਮੇਰਾ ਇੱਕ ਕਿੱਤਾ ਤਾਂ ਨਹੀਂ ਹੈ, ਪ੍ਰੋਫੈਸ਼ਨਲੀ ਆਮ ਇਲੈਕਟ੍ਰੋਨਿਕਸ ਇੰਜੀਨੀਅਰ ਐਂਡ ਮੇਰਾ ਇਹ ਸੱਚੋ ਇਹ ਪਾਤਸ਼ਾਹ ਦੀ ਬੜੀ ਅਨਾਇਤ ਹੋਈ ਹੈ, ਬੜੀ ਕਿਰਪਾ ਹੋਈ ਹੈ ਕਿ ਉਹਨਾਂ ਨੇ ਇਹ ਮੌਕਾ ਮੈਨੂੰ ਜੋ ਦਿੱਤਾ ਹੈ। ਔਰ ਜ਼ਿੰਦਗੀ ਵਿੱਚ ਬੰਦਾ ਕਈ ਵਾਰੀ ਸੰਤੁਸ਼ਟ ਨਹੀਂ ਹੁੰਦਾ, ਪਰ ਮੈਂ ਆਪਣੇ ਨੂੰ ਮਹਿਸੂਸ ਕਰਦਾ ਕਿ ਜ਼ਿੰਦਗੀ ਜੋ ਸਾਰੀਆਂ ਅਚੀਵਮੈਂਟਸ ਤੁਹਾਨੂੰ ਮਿਲ ਜਾਂਦੀਆਂ ਨੇ, ਸਭ ਦੀਆਂ ਪ੍ਰਾਪਤੀਆਂ ਨੇ, ਉਪਲਬਧੀਆਂ ਹੋ ਜਾਂਦੀਆਂ ਨੇ, ਉਸ ਤੋਂ ਬਾਅਦ ਬੰਦੇ ਨੂੰ ਕਿਤੇ ਨਾ ਕਿਤੇ ਸਟੋਪ ਲਾਉਣਾ ਬਹੁਤ ਜ਼ਰੂਰੀ ਹੁੰਦਾ ਕਿ ਕਿਤੇ ਨਾ ਕਿਤੇ ਲਕੀਰ ਜ਼ਰੂਰ ਲਗਾਉਣੀ ਚਾਹੀਦੀ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਇਨਡੈਫੀਨੇਟ ਤੁਸੀਂ ਕਿਹਨੂੰ ਜਿੱਤਣਾ ਚਾਹੁੰਦੇ ਹੋ। ਸੋ ਮੇਰੇ ਦਿਲ ਵਿੱਚ ਇਹ ਖਾਹਿਸ਼ ਸੀ, ਇੱਕ ਤਮੰਨਾ ਸੀ ਕਿ ਮੈਂ ਵੀ ਕੁਛ ਲੋਕ ਭਲਾਈ ਦਾ ਕੰਮ ਕਰਾਂ, ਲੋਕ ਸੇਵਾ ਦਾ ਕੰਮ ਕਰਾਂ, ਜਿਹਦੇ ਵਿੱਚੋਂ ਸੱਚੇ ਦਿਲੋਂ ਤੁਹਾਨੂੰ ਜੋ ਸਕੂਨ ਜੋ ਇਹ ਕੰਮ ਕਰਕੇ ਮਿਲਦਾ ਉਹ ਮੇਰਾ ਖਿਆਲ ਹੈ ਕਿ ਲੱਖੀ ਹਜ਼ਾਰੀ ਨਹੀਂ ਮਿਲਦਾ। ਜਿੰਨਾ ਵੀ ਤੁਸੀਂ ਅਸੀਂ ਧਨ ਵੀ ਕਮਾ ਕੇ ਦੇਖ ਲਿਆ, ਹਰ ਤਰ੍ਹਾਂ ਦੀ ਸ਼ੋਹਰਤ ਵੀ ਮਿਲ ਗਈ ਹੈ ਅਤੇ ਬਹੁਤ ਲੋਕਾਂ ਦੀ ਹੈਲਪ ਵੀ ਕਰ ਚੁੱਕੇ ਹਾਂ ਔਰ ਅੱਜ ਵੀ ਕਰ ਰਹੇ ਹਾਂ। ਔਰ ਮੈਂ ਤਾਂ ਮਹਿਸੂਸ ਕਰਦਾ ਕਿ ਇਹੋ ਜਿਹੇ ਕੰਮਾਂ ਦੇ ਲਈ ਸਾਰਿਆਂ ਨੂੰ, ਕਿਉਂਕਿ ਹੁਣ ਅਸੀਂ ਬਾਹਰ ਪ੍ਰਦੇਸ਼ਾਂ ਵਿੱਚ ਰਹਿੰਦੇ ਹਾਂ, ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਹਰ ਵਿਅਕਤੀ ਦੇ ਉੱਤੇ, ਪਰ ਆਪਣੇ ਵਤਨ ਵਿੱਚ ਆ ਕੇ ਆਪਣੇ ਦੇਸ਼ ਦਾ ਮੋਹ ਜੋ ਹੈ ਸਾਨੂੰ, ਹਾਲਾਂਕਿ ਮੈਂ ਬਚਪਨ ਦੇ ਵਿੱਚੋਂ ਇਸ ਕੰਟਰੀ ਵਿੱਚੋਂ ਗਿਆ ਸੀ, ਲੈਫਟ ਐਟ ਏ ਵੈਰੀ ਟੈਂਡਰ ਏਜ, ਮੈਂ ਉੱਥੇ ਹੀ ਪੜ੍ਹਿਆ, ਉੱਥੇ ਹੀ ਜਿਹਨੂੰ ਤਲੀਮ ਜਾਫਤਾਂ, ਪਰ ਆਪਣੀ ਮਾਂ ਬੋਲੀ ਨਾਲ ਮੇਰਾ ਇਸ਼ਕ ਅਤੇ ਪਿਆਰ ਹੈ, ਮੁਹੱਬਤ ਹੈ ਇਸ ਸਰ ਜ਼ਮੀਨ ਦੇ ਨਾਲ। ਇਸ ਮਿੱਟੀ ਮੈਨੂੰ ਦੀ ਖੁਸ਼ਬੂ ਜਿਹੜੀ ਹੈ ਮੱਲੋ ਜ਼ੋਰੀ ਖਿੱਚ ਕੇ ਲੈ ਆਉਂਦੀ ਹੈ, ਕਿਉਂਕਿ ਮੇਰੀ ਸ਼ਾਦੀ ਇਸ ਵਤਨ ਵਿੱਚ ਹੋਈ ਸੀ ਅਤੇ ਇਸ ਕਰਕੇ ਸ਼ਾਇਦ ਮੇਰਾ ਮੋਹ ਹੋਰ ਵੀ ਜ਼ਿਆਦਾ ਵੱਧ ਗਿਆ ਅਤੇ ਦਿਨ ਪ੍ਰਤੀ ਦਿਨ ਉਹ ਜਿਹੜਾ ਮੋਹ ਹੈ ਹੋਰ ਜ਼ਿਆਦਾ, ਯੂਨੋ ਤੁਸੀਂ ਦੇਖ ਰਹੇ ਹੋ ਕਿ ਦਿਨ ਪ੍ਰਤੀ ਦਿਨ ਮੇਰਾ ਮੋਹ ਹੋਰ ਵੀ ਜ਼ਿਆਦਾ ਵੱਧ ਰਿਹਾ ਕਿ ਆਪਣੇ ਦੇਸ਼ ਦੇ ਲੋਕਾਂ ਦੀ, ਆਪਣੇ ਵਤਨ ਦੇ ਲੋਕਾਂ ਦੀ, ਖਾਸ ਤੌਰ 'ਤੇ ਪੰਜਾਬ, ਅਸੀਂ ਇਹ ਹੋਣਾ ਚਾਹੀਦਾ ਕਿ ਸਮਾਜ ਲਈ ਅਸੀਂ ਕੀ, ਯੂਨੋ ਸਾਡੇ ਦਿਲ ਵਿੱਚ ਬੜੀਆਂ ਤਮੰਨਾ, ਬੜੀਆਂ ਖਾਹਿਸ਼ਾਂ ਨੇ ਔਰ ਖਾਹਿਸ਼ਾਂ ਕਦੀ ਇਨਸਾਨ ਦੀਆਂ ਕਦੀ ਖਤਮ ਨਹੀਂ ਹੁੰਦੀਆਂ, ਪਰ ਸੇਵਾ ਦਾ ਜਿਹੜਾ ਕਾਰਜ ਹੈ ਇਹ ਤਾਂ ਇਨਫਿਨਿਟ ਹੈ, ਜਿੰਨਾ ਮਰਜ਼ੀ ਤੁਸੀਂ ਕਰੀ ਜਾਓ ਉਨਾ ਹੀ ਥੋੜ੍ਹਾ। ਤੁਸੀਂ ਅੱਜ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੂੰ ਲੈ ਕੇ ਨਡਾਲਾ ਵਿਖੇ ਪੁੱਜੇ ਹੋ, ਕੀ ਕਾਰਨ ਹੈ ਕਿ ਤੁਸੀਂ ਨਡਾਲਾ ਦੀ ਚੋਣ ਕੀਤੀ? ਇਹ ਸਭ ਤੋਂ ਮੈਂ ਬੇਨਤੀ ਕਰਦਾ ਜਾਵਾਂ ਕਿ ਸਾਡੇ ਬਹੁਤ ਹੀ ਹਰਮਨ, ਯੂਨੋ ਸਾਡੇ ਬਾਰੇ ਪਿਆਰੀਆਂ ਰੂਹਾਂ, ਦਵਿੰਦਰ ਸਿੰਘ ਜੀ ਬੈਂਸ ਅਤੇ ਨਾਲ ਹੀ ਸਾਡੇ ਸਰਦਾਰ ਸੋਹਣ ਸਿੰਘ ਜੀ ਬੀਕਾਨੇਰੀਆ, ਅਸੀਂ ਇਹਨਾਂ ਨੂੰ ਬੜੇ ਪਿਆਰ ਨਾਲ ਬਾਪੂ ਜੀ ਸੱਦਦੇ ਹਾਂ, ਸਾਡੇ ਬਾਪ ਸਮਾਨ ਨੇ, ਔਰ ਉਹਨਾਂ ਦਾ ਨਿੱਘ, ਉਹਨਾਂ ਦਾ ਪਿਆਰ, ਉਹਨਾਂ ਦੀ ਇੱਕ ਐਸੀ ਮਿਕਨਾਤੀਸੀ ਖਿੱਚ ਹੈ ਉਹਨਾਂ ਦੀ, ਔਰ ਬੜੀ, ਯੂਨੋ ਇਹ ਵੀ ਬੜੇ ਦਾਨੀ ਸੱਜਣ ਨੇ, ਔਰ ਇਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਸਾਡੇ ਇਸ ਜਗ੍ਹਾ ਦੇ ਉੱਤੇ ਆ ਕੇ ਕੈਂਪ ਲਗਾਓ ਇਸ ਏਰੀਏ ਵਿੱਚ, ਕਿਉਂਕਿ ਬੇਸ਼ੱਕ ਦੁਆਬਾ ਕਾਫੀ ਅੱਗੇ ਨਾਲ ਬਹੁਤ ਐਡਵਾਂਸ ਹੈ, ਪਰ ਫਿਰ ਵੀ ਸਿਰਫ ਕੋਠੀਆਂ ਦੇਖ ਕੇ ਸਾਨੂੰ ਇਹ ਅਹਿਸਾਸ ਨਹੀਂ ਹੋਣਾ ਚਾਹੀਦਾ
कि असी बहुत ज़्यादा अमीर हो गए हैं, पर उन्होंने गरीबों के जिन्होंने ढारे पे हुए हैं, जिन्होंने झोपड़ी में रह रहे लोग हैं, उन्हों का कोई सार नहीं लगा। सो इन्होंने महसूस किया कि तुम कैंप लगाओगे तो इन लोगों को आसरा मिलेगा कि बहुत निर्धन लोग भी रहते हैं इस कंट्री के। सो इस करके साडा विचार से कि असी इतने आके कैंप, पहला नहीं साडा दूसरा कैंप है, ये भी तुम्हें खुशी होएगी कि नडाले के इर्द गिर्द के इलाके के लोग सुख सागर रेडियो इस करके मनते हैं क्योंकि लोग गल्लां बहुत करते हैं आके, यू नो असी गल्लां विच विश्वास साडा बहुत घट है, असी प्रैक्टिकल जीवन में हंडाउण दे आदी हैं। मैं महसूस करदा कि जिमें कि इतने आके साढ़े प्रदेशों में आके साढ़े विदेशों से आके लोग योजे शोशे करते हैं आके कि लो जी अखा का कैंप लगा रहे हैं असी, वह महज कैंप जो होंगे वह गल्लां बातों का कैंप होंगे, असी जो फ्री कैंप कहने इट मीनस इट इज़ ए एबसोल्यूट फ्री कैंप कि नो चार्ज टू द पेशेंट वट सोएवर, किसी पेशेंट को कोई एक भी पैसा भी चार्ज नहीं किया जाता, ना चैकअप का, ना लेंस पाँव का, ईवन ट्रांसपोर्टेशन जो है वह भी साड़ी संस्था वालों ही मुहैया की जाती है और दवाइया भी टोटली फ्री दी जा रही ने, ना केवल असी उन्होंने उन्होंने हाल उत्ते छड़ते हैं, उन्होंने असी पैरवाई भी पूरी करते हैं, उन्होंने दवाइया तो जिमें कि सपोज करके उन्होंने अज रात उन्होंने ऑपरेशन होंगे और एक दिन उन्होंने हस्पताल में रखा जाएगा जेरे इलाज, उस तो बाद जो वापस लैके आने असी कैंप के जितों लैके जाने उत ही उन्होंने वापस लिया जाता, तो फिर उस तो बाद उन्होंने दवाइया दे के घर तो रह जाता, एक वीक बाद फिर उन्होंने वापस बुलाया जाता ताकि यू नो पोस्ट ऑपरेशन तो बाद भी कई तरह की कॉम्प्लीकेशन अखों के आ सकती हैं। सो असं महसूस करते कि उन्होंने ए नहीं कि तुम ऑपरेशन करता अपनी फॉर्मैलिटी करती, सो यू नो फॉलोअप होनी बहुत जरूरी है। साडे कोल प्रोग्राम दे विच जोरावर सिंह गाखल जो कि सुख सागर रेडियो यूके उत्थों हन, उस रेडियो स्टेशन दे संचालक ने। लेस्टर यूके दी फेरी दे दौरान इन्हां दा स्टूडियो देखण दा मौका मिलिया सी, ते फिर कनेडा दे विच इन्हां दी टोरंटो दी धरती ते एक विशेष मुलाकात भी करन दा मौका मिलिया सी, उस तो बाद नडाला दी धरती ते अज असीं जोरावर सिंह गाखल उन्हां दे रूबरू पेश हो रहे हां। सो ये सुख सागर रेडियो दे प्रोग्रामां बारे दसो साडे दर्शकां नूं कुछ। जी हां, सुख सागर रेडियो मैं बेनती करदा रहा कि मेरी खुशकिस्मती है कि आम द पायनियर जो कि इस रेडियो स्टेशन जो गुरबाणी का चैनल है पहला, और लोग किंतु भी कई बार करते हैं कि तुम आप दस्तारधारी नहीं है, तुम क्यों नहीं सिक्की का मखौटा क्यों नहीं पहनते, क्योंकि मैं मखौटा पहन के काम नहीं करता, मेरे अंदर सिक्की है। और सब तो पहली सिक्की का चैनल सुख सागर रेडियो जो कि परमात्मा ने बड़ी वो बख्शिश हुई है, अनायत हुई है कि उन्होंने सानू मौका बख्शिया, और सब तो पहला 2001 के रेडियो होंद में आया और अस्तित्व बारे कुल दुनिया जानती है, और उस तो बाद एक रेडियो होर स्टेशन से साढ़े को दो रेडियो स्टेशन मैं पहली बार 2001 लॉन्च किए थे, एक दूसरा सी पैरलर रेडियो स्टेशन जो कि मनोरंजन का रेडियो स्टेशन हिंदी चैनल जिसका नाम एशियन गोल्ड रेडियो से। सो दो रेडियो थोड़े खाकसार ने वालों दिते गए सर, पर जो सुख सागर रेडियो यदि विलखणता यह है कि ये असी ज़्यादातर गुरबाणी के प्रोग्राम के नाल नाल एक प्रोग्राम सभ्याचारक करते हैं, उस तो अलावा बाकी लोग भलाई के कामों के उत्ते ज़्यादा जोर दिता जाता, और ये कोई भी संस्था साड़ी नाल कोई सपोर्ट नहीं है, साड़ी सब तो बड़ी बैंक ज समझ लो कि साड़ा जिहड़ा बैंक ड्राफ्ट जिहड़े हैगे साड़ी जिहड़ी संगत है उन्हां दी बदौलत ही यह रेडियो चली जाता है, सानू किसी भी संस्था ना असी पोलीटिकली मोटिवेटड है, ना कि साढ़े को पोलीटिकली कोई साढ़ा कोई लैन देन है लोगों के नाल, और ना असी किसी प्रैशर थले कोई काम करते हैं, साड़ी सोच यही होंदी है कि अपनी लगन के नाल काम करी चलो। मैट्रीमोनियल प्रोग्राम होंगे वो गुरबाणी के प्रोग्राम चलते हैं, उस तो नाल डिस्कशन प्रोग्राम होंगी है, न्यूज़ एंड व्यूज़ प्रोग्राम होंगे जिस खबरों का खुलासा किया जाता है, केवल खबर दो तीन मिनट दी नहीं होंगे, एक घंटे की खबर होंगे जो कंटीन्यूस वह मेरे उत्ते ताबड़तोड़ सवाल किए जाते हैं, उन्होंने जवाब मैंने देने पैदा है, इस करके मैं फास्ट बोलने का आदी हाँ। अच्छा एक अखल जी, बड़ा खूबसूरत तुम उत्थे स्टूडियो भी बनाया है और बड़ा हरमन प्यारा तुहाडा रेडियो, जो तुम पंजाब की धरती से आते हो भारत के खास तौर पर देखते हो इस खिते दे विच रेडियो उन्ना ज़्यादा हरमन प्यारा नहीं रह गया टैलीविजन के आने तो बाद, सो बरतानिया दे विच साडे लोग रेडियो के प्रति किन्ने रुचित है? मैं तो महसूस करना कि जिन्नी दिलचस्पी रेडियो के लोगों की, क्योंकि लोग चाहते हैं कि क्योंकि सीमित होकर रहना नहीं चाहते कि केवल वो टैलीविजन के अखा टड के बैठे रहन, वो काम के नाल नाल काम करना भी चाहते हैं, तो नाल नाल इंजॉय करना चाहते हैं कि रेडियो सुनते हैं। रेडियो बहुत ही ज़्यादा प्रचलित है अपने साढ़े बरतानिया और लोगों की बहुत रुचि है, इस करके मैं महसूस करा कि इन पैरल कि इस कंट्री के मैं जो देखता कि रेडियो ना मात्र है और यदि कोई ना कोई एक तो यह कि स्पीच ऑफ फ्रीडम नहीं है, जो मैं महसूस इतने करता, तुम कोई गल भी करनी है तुम अपने खुल के गल नहीं कर सकते,
ਇਹ ਸਭ ਤੋਂ ਵੱਡਾ ਦੁਖਾਂਤ ਹੈ ਕਿਉਂਕਿ ਅਸੀਂ ਪ੍ਰਦੇਸ਼ਾਂ ਦੇ ਵਿੱਚ ਕਮ ਸੇ ਕਮ ਸਾਨੂੰ ਸਪੀਚ ਆਫ ਫਰੀਡਮ ਜਿਹੜੀ ਹੈ ਉਹਦੀ ਆਜ਼ਾਦੀ ਸਾਨੂੰ ਬਹੁਤ ਹੈ, ਅਸੀਂ ਆਪਣੀ ਗੱਲ ਕਹਿਣ ਦੇ ਕਾਬਲ ਹਾਂ, ਅਸੀਂ ਕੋਈ ਗੱਲ ਕਹਿਣੀ ਚਾਹੁੰਦੇ ਹਿੱਕ ਠੋਕ ਕੇ ਕਹਿ ਸਕਦੇ ਹਾਂ। ਅਤੇ ਇਸ ਕੰਟਰੀ ਦੇ ਵਿੱਚ ਅਸੀਂ ਗੱਲ ਜੇ ਸੱਚੀ ਵੀ ਗੱਲ ਕਹਿੰਦੇ ਹਾਂ ਤਾਂ ਉਹਦਾ ਵੀ ਤੜਿੰਗ ਲੱਗਦਾ ਦੂਸਰਿਆਂ ਨੂੰ। ਸੋ ਮੈਂ ਇਹ ਮਹਿਸੂਸ ਕਰਦਾ ਕਿ ਰੇਡੀਓ ਇਸ ਕਰਕੇ ਇੱਥੇ ਜ਼ਿਆਦਾ ਡਿਪਰੈਸਡ ਰੇਡੀਓ ਨੇ ਕਿ ਯੂਨੋ ਜ਼ਿਆਦਾ ਇਹਨਾਂ ਨੂੰ ਸਪਰੈਸ ਕੀਤਾ ਜਾਂਦਾ ਤਾਂ ਇਹ ਡਿਪਰੈਸ਼ਨ ਜ਼ਿਆਦਾ ਕੇਵਲ ਗੀਤ ਸੰਗੀਤ ਦੇ ਨਾਲ ਮਨੋਰੰਜਨ ਨਹੀਂ ਹੁੰਦਾ, ਕੁਛ ਜਿਹੜੀ ਲਾਈਵ ਡਿਸਕਸ਼ਨ ਔਰ ਸਟਿਮੂਲੇਟਿੰਗ ਟੋਕ ਜਿਹੜੀ ਹੋਣੀ ਹੈ ਉਹ ਬਹੁਤ ਅਸੈਂਸ਼ੀਅਲ ਹੁੰਦੀ ਹੈ ਰੇਡੀਓ ਲਈ। ਰੇਡੀਓ ਲਈ ਕੇਵਲ ਗਾਣੇ ਸੁਣਾਏ ਜਾਣੇ ਜਾਂ ਉੱਚੀ ਉੱਚੀ ਇੱਕ ਡੀਜੇ ਅਤੇ ਪ੍ਰਜੈਂਟਰ 'ਚ ਬੜਾ ਅੰਤਰ ਹੁੰਦਾ ਹੈ। ਡੀਜੇ ਨੇ ਖੱਪ ਹੋਣੀ ਹੁੰਦੀ ਹੈ, ਪ੍ਰਜੈਂਟਰ ਨੇ ਮੁਲਾਜ਼ਾ ਬੜੀ ਅੱਛੇ ਤਰੀਕੇ ਨਾਲ ਗੱਲਬਾਤ ਕਰਨੀ ਹੁੰਦੀ ਹੈ ਔਰ ਸੇਧ ਦੇਣੀ ਹੁੰਦੀ ਪਬਲਿਕ ਨੂੰ। ਸਾਡਾ ਕੰਮ ਹੈ ਕਿ ਸਮਾਜ ਨੂੰ ਕੁਛ ਦੇਣਾ, ਸਮਾਜ ਤੋਂ ਜੇ ਕੁਛ ਮੰਗਦੇ ਹੋ ਸਮਾਜ ਨੂੰ ਕੁਛ ਦੇਣਾ ਵੀ ਸਿੱਖੋ। ਸੋ ਮੇਰੀ ਤਾਂ ਇਹ ਸੋਚ ਹੈ। ਤੁਸੀਂ ਬਰਤਾਨੀਆ 'ਚ ਰਹਿੰਦਿਆਂ ਹਾਂਜੀ ਫਰੀਡਮ ਆਫ ਸਪੀਚ ਦਾ ਆਨੰਦ ਮਾਣ ਰਹੇ ਹੋ, ਵੈਸੇ ਸਾਡੇ ਸੰਵਿਧਾਨ ਦੇ ਵਿੱਚ ਵੀ ਇਹ ਰਾਈਟ ਗਾਰੰਟੀ ਕੀਤਾ ਗਿਆ ਅਤੇ ਇਹ ਵੀ ਹੈ ਕਿ ਇੱਥੇ ਹਾਂਜੀ ਭਾਰਤ ਸਾਡਾ ਦੇਸ਼ ਜੋ ਹੈ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ, ਫਿਰ ਵੀ ਤੁਹਾਨੂੰ ਕਿਉਂ ਲੱਗਦਾ ਕਿ ਇੱਥੇ ਫਰੀਡਮ ਆਫ ਸਪੀਚ ਨਹੀਂ ਹੈ? ਕਿਉਂਕਿ ਡਾਇਵਰਸ ਕੰਟਰੀ ਹੈ, ਬਹੁਤ ਹੀ ਮਲਟੀ ਯੂਨੋ ਪੋਲੀਥੀਜ਼ਮ ਹੈ ਔਰ ਬਹੁਤ ਜ਼ਿਆਦਾ ਰਿਲੀਜਨ ਨੇ ਔਰ ਕਿਉਂਕਿ ਉਹਨਾਂ ਦੇਸ਼ਾਂ ਦੇ ਵਿੱਚ ਯੂਨੋ ਲਿਮਿਟਡ ਯੂਨੋ ਜਿਹਨੇ ਬੇਸ਼ੱਕ ਉੱਥੇ ਵੀ ਬਹੁਤ ਰਿਲੀਜਨ ਨੇ ਇਹਦੇ ਵਿੱਚ, ਉਹਦੇ ਵਿੱਚ ਆਜ਼ਾਦੀ ਜ਼ਰੂਰ ਹੈ। ਇੱਥੇ ਹੈ ਕਿ ਯੂਨੋ ਹਰ ਕੋਈ ਜਣਾ ਖਾਣਾ ਇੱਥੇ ਇੱਕ ਹੋਰ ਕਿਹੜੀ ਮੈਨੂੰ ਬਹੁਤ ਲੱਗੀ ਹੈ ਕਿ ਇੱਕ ਇਨਸਾਨ ਜਿਹੜਾ ਕਿ ਤਕੱਬਰ ਦਾ ਬਹੁਤ ਜ਼ਿਆਦਾ ਇੱਥੇ ਹਾਵੀ ਹੋਇਆ ਹੈ। ਹਰ ਕੋਈ ਬੰਦਾ ਜਿਹੜਾ ਕਿ ਤਸਬਰਾਤ ਵਿੱਚ ਤਕੱਬਰ ਦੀ ਗੱਲ ਕਰਦਾ, ਹੰਕਾਰ ਬੜਾ ਆ ਬਹੁਤ ਜ਼ਿਆਦਾ, ਕੋਈ ਗੱਲ ਕਰਨੀ ਆ ਜੇ ਕੋਈ ਕੰਮ ਕਰਦਾ ਵੀ ਇਹ ਤੋਂ ਵੀ ਕਹਿੰਦਾ ਕਿ ਮੈਨੂੰ ਬੜਾ ਹੰਕਾਰ ਹੈ। ਡੈਮੋਕ੍ਰੇਸੀ ਦੀ ਗੱਲ ਕੀਤੀ ਤੁਸੀਂ, ਟਰੂ ਡੈਮੋਕ੍ਰੇਸੀ ਸਿਰਫ ਖਿਆਲਾਂ ਵਿੱਚ ਜਾਂ ਗੱਲਾਂ ਬਾਤਾਂ ਵਿੱਚ ਜ਼ਰੂਰ ਹੈ ਪਰ ਅਸਲ ਵਿੱਚ ਜਿਹੜੀ ਟਰੂ ਡੈਮੋਕ੍ਰੇਸੀ ਐਗਜ਼ਿਸਟ ਨਹੀਂ ਕਰਦੀ ਇਸ ਕੰਟਰੀ ਵਿੱਚ, ਇਹ ਬੜਾ ਵੱਡਾ ਦੁਖਾਂਤ ਵੀ ਹੈ। ਕਿਉਂਕਿ ਜੇ ਟਰੂ ਡੈਮੋਕ੍ਰੇਸੀ ਹੋਵੇ ਤਾਂ ਬੰਦੇ ਨੂੰ ਕੋਈ ਵੀ ਗੱਲ ਕਹਿਣ ਦੀ ਆਜ਼ਾਦੀ ਹੋਵੇ। ਹੁਣ ਜੇ ਮੰਨ ਲਓ ਕਿ ਸਾਡੇ ਵੀਰ ਕਈ ਵਾਰੀ ਆਪਣੇ ਵਤਨ ਤੋਂ ਜਦੋਂ ਉਹਨਾਂ ਦੀ ਕੋਈ ਰੰਜ ਹੁੰਦਾ ਜਾਂ ਕੋਈ ਯੂਨੋ ਡਿਸਅਗਰੀਮੈਂਟ ਜਾਂ ਅਗਰੀਵੈਂਸ ਜੋ ਹੁੰਦੇ ਉਹਨਾਂ ਦੇ, ਉਹ ਕਈ ਵਾਰੀ ਆਪਣੇ ਖਿਆਲਾਂ ਦਾ ਇਜ਼ਹਾਰ ਕਰਨਾ ਚਾਹੁੰਦੇ। ਮੰਨ ਲਓ ਕਿ ਇੱਕ ਗੱਲ ਖਾਲਿਸਤਾਨ ਦੀ ਲਾ ਲਓ, ਖਾਲਿਸਤਾਨ ਦਾ ਚਲੋ ਅਸੀਂ ਕੋਈ ਜੇ ਗਵਾਹੀ ਨਹੀਂ ਕਰਦੇ, ਉਹਦੀ ਪ੍ਰੋੜਤਾ ਨਹੀਂ ਕਰਦੇ ਅਤੇ ਉਹ ਕੋਈ ਗੱਲ ਕਰਨ ਵਿੱਚ ਕੋਈ ਗੁਨਾਹ ਨਹੀਂ ਹੈ, ਕੋਈ ਆਪਣੇ ਖਿਆਲਾਂ ਦਾ ਇਜ਼ਹਾਰ ਕਰਨ ਵਿੱਚ ਕੋਈ ਗੁਨਾਹ ਨਹੀਂ ਹੈ ਪਰ ਇੱਥੇ ਤੁਸੀਂ ਕੋਈ ਗੱਲ ਵੀ ਕਰਦੇ ਹੋ ਤਾਂ ਤੁਹਾਨੂੰ ਉਹਨੂੰ ਸੱਚ ਨੂੰ ਫਾਂਸੀ ਲੱਗ ਜਾਂਦੀ ਹੈ। ਸੋ ਇਹ ਟਰੂ ਡੈਮੋਕ੍ਰੇਸੀ ਦੀ ਡੈਫੀਨੇਸ਼ਨ ਨਹੀਂ ਹੈ ਕਿ ਤੁਸੀਂ ਜੇ ਕੋਈ ਸੱਚ ਬੋਲਦਾ ਤੁਸੀਂ ਉਹਨੂੰ ਫਾਂਸੀ ਚੜ੍ਹ ਦਿਓ, ਇਹ ਕਿੱਥੋਂ ਦੀ ਡੈਮੋਕ੍ਰੇਸੀ ਹੋਈ? ਸੋ ਮੈਂ ਮਹਿਸੂਸ ਕਰਦਾ ਕਿ ਡੈਮੋਕ੍ਰੇਸੀ ਦੇ ਜਿਹੜੀ ਪਰਿਭਾਸ਼ਾ ਇੱਥੇ ਆ ਸਿਰਫ ਗੱਲਾਂ ਬਾਤਾਂ ਵਿੱਚ ਜ਼ਰੂਰ ਹੈ ਪਰ ਇਹ ਪਰਿਭਾਸ਼ਾ ਚੇਂਜ ਹੋਣੀ ਚਾਹੀਦੀ ਹੈ, ਉਹਨੂੰ ਪ੍ਰੈਕਟੀਕਲੀ ਹੰਡਾਉਣ ਦੀ ਹਰ ਇੱਕ ਬੰਦੇ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ। ਜ਼ੋਰਾਵਰ ਸਿੰਘ ਕਾਖਲ ਜੋ ਕਿ ਸੁੱਖ ਸਾਗਰ ਰੇਡੀਓ ਦੇ ਸੰਚਾਲਕ ਹਨ UK ਤੋਂ ਅੱਜ ਦੇ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਹਨ। ਅੱਛਾ ਦੱਸੋਗੇ ਕਿ ਤੁਹਾਡੇ ਬਰਤਾਨੀਆ ਦੇਸ਼ ਦੇ ਵਿੱਚ ਲੰਬੇ ਸਮੇਂ ਤੋਂ ਪੰਜਾਬੀ ਜਾਣਾ ਆਰੰਭ ਹੋਏ ਅਤੇ ਉੱਥੇ ਹੁਣ ਇੱਕ ਆਪਣੀ ਕਿਸਮ ਦਾ ਪੰਜਾਬ ਵਸਿਆ ਹੋਇਆ, ਉੱਥੋਂ ਦੇ ਪੰਜਾਬੀਆਂ ਦੇ ਜੀਵਨ ਬਾਰੇ ਦੱਸੋਗੇ ਕਿਵੇਂ ਦਾ? ਦੇਖੋ ਜੀ, ਮੈਂ ਸੱਚ ਪੁੱਛੋ ਕਿ ਇਸ ਵੇਲੇ ਅੱਜ ਦਾ ਜੋ ਪੰਜਾਬੀ ਹੈ ਬਹੁਤ ਹੀ ਖੁਸ਼ਹਾਲ ਹੈ ਕਿਉਂਕਿ ਉਹਦੀਆਂ ਜੜ੍ਹਾਂ ਬਹੁਤ ਮਜ਼ਬੂਤ ਨੇ, ਕਿਉਂਕਿ ਜੋ ਪੰਜਾਬ ਇਸ ਵੇਲੇ ਇੰਗਲਿਸਤਾਨ ਦੇ ਵਿੱਚ ਹੈ ਉਹ ਬਹੁਤ ਹੀ ਖੁਸ਼ਹਾਲ ਪੰਜਾਬ ਹੈ ਪਰ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਸਮਾਜਿਕ ਤਰੁੱਟੀਆਂ ਵੀ ਹੈ, ਬੁਰਾਈਆਂ ਵੀ ਨੇ, ਕਈ ਵਾਰੀ ਓਨਰ ਕਿਲਿੰਗ ਦੀ ਗੱਲ ਵੀ ਹੁੰਦੀ ਹੈ, ਹੋਰ ਵੀ ਕਈ ਤਰ੍ਹਾਂ ਦੀਆਂ ਯੂਨੋ ਪ੍ਰੋਬਲਮਸ ਤਾਂ ਜ਼ਰੂਰ ਨੇ ਪਰ ਜੇ ਤੁਸੀਂ ਉਹਦੀ ਵਿਕਾਸ ਦੀ ਗੱਲ ਕਰੋ ਤਾਂ ਇਟਸ ਸੈਕਿੰਡ ਟੂ ਨਨ ਕਿ ਬਹੁਤ ਜ਼ਿਆਦਾ ਵਿਕਾਸ ਹੈ ਔਰ ਲੋਕਾਂ ਦੇ ਵਿੱਚ ਖਿਆਲਾਂ ਦੇ ਵਿੱਚ ਵੀ ਕਾਫੀ ਕ੍ਰਾਂਤੀਕਾਰੀ ਯੂਨੋ ਚੇਂਜਿਸ ਆ ਰਹੇ, ਬਦਲ ਆ ਰਹੇ ਨੇ ਔਰ ਲੋਕ ਪਹਿਲਾਂ ਸੋਚਦੇ ਸੀ ਆਪਣੇ ਵਤਨ ਨੂੰ, ਹੁਣ ਤੁਸੀਂ ਆਪਣੇ ਸੋਹਣੇ ਵਤਨ ਨਾਲ ਬੜਾ ਮੋਹ ਸੀ ਕਿ ਆਪਣੇ ਵਾਪਸ ਵਤਨ ਨੂੰ ਜਾਈਏ। ਸਿਰਫ ਪ੍ਰੋਬਲਮ ਉਹੀ ਮੈਂ ਆ ਰਹੀ ਬੇਸਿਕਲੀ ਕਿ ਜਿਹੜੀਆਂ ਇੱਥੇ ਪ੍ਰੋਬਲਮ ਆ ਰਹੀਆਂ ਬਹੁਤ ਜ਼ਿਆਦੀਆਂ ਕਿ ਇੱਕ ਜ਼ਮੀਨਾਂ ਦੇ ਝਗੜੇ, ਜਾਇਦਾਦਾਂ ਦੇ ਝਗੜੇ, ਲੋਕਾਂ ਨੇ ਇੰਨੀ ਮਿਹਨਤ ਮੁਸ਼ਕਤ ਦੇ ਨਾਲ ਆਪਣਾ ਖੂਨ ਪਸੀਨੇ ਦੀ ਕਮਾਈ ਦੇ ਨਾਲ ਇੱਥੇ ਮਿਹਨਤ ਦੇ ਨਾਲ ਜ਼ਮੀਨਾਂ ਖਰੀਦੀਆਂ, ਪ੍ਰੋਪਰਟੀਆਂ ਖਰੀਦੀਆਂ ਪਰ ਅੱਜ ਉਹਦੇ ਘਪਲੇ ਹੋ ਰਹੇ ਆ। ਇਸ ਕਰਕੇ ਅੱਜ ਸਾਡੇ ਨਾਲ ਰੋਲ ਜਿਹੜਾ ਮਾਰਿਆ ਜਾ ਰਿਹਾ ਇਹ ਤੋਂ ਲੋਕ ਬਹੁਤ ਦੁਖੀ ਹੋ ਕੇ ਉਹਨਾਂ ਨੇ ਹੁਣ ਮਹਿਸੂਸ ਕੀਤਾ ਕਿ ਦੁਨੀਆ ਦੇ ਬੈਸਟ ਇਹੋ ਹੀ ਹੈ ਕਿ ਜਿਸ ਦੇਸ਼ ਵਿੱਚ ਸਾਨੂੰ ਇੰਨੀ ਆਜ਼ਾਦੀ ਹੈ ਔਰ ਸਾਡੇ ਬੱਚੇ ਦੇਖੋ ਇੰਨੇ ਐਕਡੈਮਿਕ ਹੈ, ਪੜ੍ਹੇ ਲਿਖੇ ਬੱਚੇ ਆ ਔਰ ਬਹੁਤ ਘੱਟ ਉੱਥੇ ਬੱਚੇ ਇੱਕ ਦੂਸਰੀ ਇੱਕ ਸਿੱਖੀ ਬੜੀ ਪ੍ਰਫੁੱਲਤ ਹੋ ਰਹੀ ਹੈ ਉਸ ਕੰਟਰੀ ਦੇ ਵਿੱਚ ਔਰ ਤੁਸੀਂ ਦੇਖੋ ਇੱਕ ਗੁਰੂ ਘਰ ਹੈ ਜਿਹੜੇ ਕਿ ਮਿਲੀਅਨਸ ਪਾਉਂਡ ਦੇ 20-20 ਮਿਲੀਅਨ ਪਾਉਂਡ ਦੇ ਗੁਰੂ ਘਰ ਨੇ। ਇਹ ਨਹੀਂ ਕਿ ਉੱਥੇ ਬੇਰੌਣਕਾਂ ਹੈ, ਉੱਥੇ ਵੀ ਬਹੁਤ ਰੌਣਕਾਂ ਬਣੀਆਂ ਹੋਈਆਂ ਨੇ ਅਤੇ ਪਰ ਇੰਨਾ ਜ਼ਰੂਰ ਹੈ ਕਿ ਜਿਹੜਾ ਕੁਛ ਗੰਦਲਾ ਮਾਹੌਲ ਜੋ ਇੱਦਾਂ ਹੋ ਰਿਹਾ ਕਿ ਅੱਜ ਕੱਲ੍ਹ ਦੇ ਬੱਚੇ ਜਿਹੜੇ ਆ ਇਸ ਕੰਟਰੀ ਵਿੱਚੋਂ ਵੀ ਜਾ ਰਹੇ ਨੇ, ਲੜਕੀਆਂ ਜਾ ਰਹੀਆਂ ਇਸ ਕੰਟਰੀ ਵਿੱਚੋਂ ਆਪਣੇ ਭਾਰਤ ਵਿੱਚੋਂ ਜਾ ਰਹੀਆਂ ਲੜਕੀਆਂ ਪੜ੍ਹਨ ਲਈ ਜਾਂ ਦੇ ਬਹਾਨੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਬੜੇ ਵੱਡੇ ਵੱਡੇ ਡਰਾਮੇ ਹੋ ਰਹੇ ਨੇ ਜਿਸ ਕਰਕੇ ਦੇਸ਼ ਆਪਣਾ ਪ੍ਰਾਂਤ ਵੀ ਬਦਨਾਮ ਹੋ ਰਿਹਾ ਜੋ ਮੈਂ ਮਹਿਸੂਸ ਕਰਦਾ।
और उस तो अलावा पंजाब बहुत खुशहाल है, लोगों पास बड़ा यू नो मैं कहना बेअंत माया भी बड़ी है और अच्छी सोच भी लैके बैठे ने लोग, इस करके उन्हों की मदद की बदौलत उन्हों की समर्थन के नाल ही असं इस कंट्री में आने की आ के योजे षडयंत्र नहीं रचते पर योजे जो जो भलाई के काम हो रहे हैं उन्हों की बदौलत ही हो रहे हैं। जो खुशहाल ना हो तो बंदा कितों कोई दिता और पर दिल पंजाबियों वर्गा कोई नहीं है। अच्छा, ये ऑस्ट्रेलिया तो लैके अमेरिका तक जां कह लो सिडनी तो लैके लॉस एंजलस तक पंजाबी मिल जाता हर एक जगह पर, तो जाया जाता पंजाब की धरती छड़ के कोई सुपन में इस वर्गी देश मानने दे लई, पर सारियां दा वो सुपना सच नहीं हुंदा। देखदे आ उन्हां धरतियां ते जाके यूके दे विच भी बहुत सारे अजिहे पंजाबी जिहड़े कि सुख दी भाल दे विच स्वर्गी जीवन जीउण दे लई उत्थे गए सी, पर सारियां नूं अजिहा जीवन नहीं प्राप्त होया। कई लोग कहिंदे आ जी कि अपनियां जहाज़ दे विच बहि के नवें कपड़े पा के नवें सूट लै के चले तां जांदे हन पर अपने दिमागां दा आदतां दा कूड़ कबाड़ा साफ नहीं कर दे, जिस करके कि उन्होंने जीवन में भी सुधार नहीं होंगे। यूके दे विच भी अजे लोग गए होंगे पंजाबी जिन्होंने कि वो जीवन नहीं मिले जिसकी भाल चो गए सी। देखो जी, रस्ता इंसान को लभना पैंदा ढूंढना पैंदा, जिहड़ा बंदा अपने वतन में संघर्ष कर नहीं जाता उन्हें दूसरे वतन में जाके की करना। हुण इस कंट्री में भी किसी देश दे, अपने वतन में पंजाब में भी किसी की घाट तो नहीं है क्योंकि हर कोई व्यक्ति तो नहीं बाहर गया परदेस रहना हुंदा कोई सुपना चित रहा, पर मैं महसूस करदा कि जिहड़ा इंसान चाहुंदा कि मैं कामयाबी हासिल करनी है वो उहदे कदम चुमदी फिरदी कामयाबी, तो जिसने डिटर्मन होया कि मैं कामयाब नहीं होना, कामयाब यह नहीं कि वह नहीं चाहुंदा पर हालात कई बार इहो जिहे हो जाते हैं कि हुण देखो अज्ज दे जमाने विच अनइंप्लॉयमेंट जिहड़ी है सिर चढ़ बोल रही है उत्थे, हुण जे कोई अज्ज दे जमाने विच जाके कोई कहे कि मैं सैटल होना उस कंट्री में जाके, वो एक अपना एक जोटैपिक लैंड जिन्होंने कहा जाता कि एक इतिहासिक उहदी सोच है कि एक बहुत एक उम्र लग जाएगी जदों वह कभी सैटल होएगा उस कंट्री में जाके। सो मैं महसूस करदा कि इस वेले जिहड़ा जाना उत्थे उंज बहुत ज़्यादा शुभ शगन नहीं है। अच्छा, मैं तो महसूस करदा पर जिहड़ा बंदा डिटर्मन हुंदा जिन्हां दी कोई बैकअप हुंदी है कोई ना कोई इंसान उन्हां दे नाल जांदा हैल्प करन वाला होवे वह कामयाब जरूर हो जांदा। अच्छा, तुहानूं उत्थे जो खास तौर पर स्टूडेंट जा रहे ने उन्हां दा इशारा तुसीं दित्ता सीगा, लड़के ते लड़कियां जा रहे ने उन्हां दी किहो जिहा जीवन है किवें दा समां उत्थे बतीत कर रहे ने तुहाडे देश दे विच दसोगे? जी हाँ बिल्कुल, इस ते मैं चलना बड़ी विस्तार दे नाल पा सकदा क्योंकि अज के अजोके समय जो लड़के लड़कियों का जो एक मुहिम जो इतने बनी हुई है कि लो जी प्रदेशों में जाके असी पढ़ना 10+2 एजुकेशन लैके चले जाना उत्थे, फिर यू नो कोई तालीम हासिल करने के लिए कोई कोई गुरु का लाल होएगा जोड़ा कोई वाकया ही डिटर्मन होएगा कि मैं जाके पढ़ना। हर एक की एक विलखण सोच लैके चले हुए हैं कि असी उत्थे जाके यू नो पी आर जिन्हों कहा जाता कुछ यहोजे शब्दों का प्रयोग करते नहीं इतने आके पर सू जी परमानेंट रेजिडेंस मिल जानी है, कुछ सब्जबाज एजेंट टाइप के लोग जोड़े वो इन्होंने दिखा देंगे और क्यों वो भी नहीं दिखाते तो यह आप झोले पैसों ने बोरे चक चक के ना लैके जाते हैं एजेंटा के कोई मुंडा छड़ दो जी दो कनाल जमीन बेच देंगे जी एक किला जमीन रख धर देंगे आपे मुंडा छड़ा लो जाके। एक सुपना है, एक महज सुपना, उत्थे जाके जो बच्चियों का हासिल होंगे एक माँ बाप को इस चीज़ का इलम नहीं है कि मैं अपनी बच्ची को कितने तक रहा कि एक नवे देश में जा रही है जिसनों अपने देश प्रति उसनों कुछ पता नहीं है उन्होंने ज्ञान नहीं है रे, शी इज़ एबसोल्यूटली रॉ एंड वो शी हैज़ गॉट नो एक्सपोजर व्हाट्सएवर, वो अजे एक्सपोज नहीं हुई अजे रॉ मटीरियल आ उसनों तुम जाके उन्होंने कहने कोई लभी हूँ तू जाके उत्ते उन्होंने उस संस्कृति में ढल जाए जाके वो बड़ा मुमकिन नहीं है और उत्थे जाके की होंगे उन्होंने वक्त दे फेड़े पेंदे आ वो दुखी होंगी है जॉब नहीं मिलती 10 घंटे उन्होंने कहा जाता कि तू काम कर सकती है रिस्ट्रिक्टेड आवर्स है हूँ 10 घंटे गंजी की नएगी तो की नहीं छोड़ेगी। सो ये बड़ी बड़ी प्रॉब्लम है तो वो तो बाद की होंगे कि गुरुद्वार पनाह लेंगे गुरुद्वारे भी किन्नी देर उन्होंने पनाह देंगे फिर वो गैरजों में रह रहे हैं बुरा हाल है उन्होंने इस वे पिछे घर तुम जाके देखो कि हर एक साउथ हल ले लो गुगबस्ता शहर साउथ हल उस दे विच जाके घर के पिछले पासे पछवाड़े उन्होंने जिदा अपना बहेलियां हवेलियां बनाईया होंदियां अटारे बनाए होंदे आ इहो जिहा बना के उत्थे उन्होंने कहा चल तू अंदर बैठ जाओ भी इत्थे बैठन तो मुराद है कि तुसीं रेंट दिओ हुण रेंट कित्थों देणगे उह जां जॉब नहीं होएगी प्यो किन्नी देर भेजदा रहेगा पिछों पैसे और उन्होंने हालात जिहड़े बहुत ही इस वेले तरसयोग ने और बहुत दुख की गल है कि लड़कियां जिहड़ियां यू नो उन्होंने हालात बहुत ज़्यादा यू नो तरसयोग ज़्यादा आ उसका कारण यह है कि कुछ लड़कियां तो इस हद तक कि कई कई ने तो मतलब अपना यू नो दे हैव कमिटेड सुसाइड और कुछ लड़कियां जड़ियाँ कि कुछ गलत यू नो बिल्कुल दियो बिल्कुल एग्जैक्टली यू सैड इट राइट कि वो प्रोस्टिट्यूशन के यू नो योजे धंधे लग गई
जो कि पेट पापी पेट की खातर, जो कि माँ बाप अफोर्ड नहीं कर सकता, उतरों इंस्ट्रक्शन होती बाप की कि पुत्र हम मुड़ के ना ही हूँ इन्ना प्रैशर पिया एक लड़की के उत्ते हूँ मरदा की नहीं करता। सो सर्वाइवल दे लई कुछ ना कुछ वो करता, सो यह जो गलत रस्ते अख्तियार कर लैंदा। सो एक साढ़े लिए बहुत बड़ा बहुत बड़ी कैटास्ट्रोफी है, पंजाबीयत लई एक बड़ी शर्म की गल है कि पंजाब के जो बच्चे जिहड़े उत्थे जा रहे हैं जां तां कुछ तालीम हासिल करन, तालीम हासिल नहीं करते क्योंकि जो इंस्टीट्यूट जो स्कूल बने ने वो फिक्टिशियस ने, वो सिर्फ अखौती ने, अखौती स्कूल ने, उन्हां विच कोई पढ़ाई नहीं है, कोई लैंड नहीं, कोई देन नहीं। एम बी ए कर जो इतों बच्चे कई बार जाते जी, मैं उन्होंने पूछो भाई की तू करना, कहना जी मैं एम बी ए कर लगा। एम बी ए करना होए किसी राइट इंस्टीट्यूट से, लाओ स्कूल ऑफ यू नो इकनोमिक्स ला लो, लंडन स्कूल ऑफ इकनोमिक्स, 20,000 pounds उत्ते दी फीस है। उस तो बाद माफ़ी चाहवागा 3 साल का एक्सपीरियंस चाहिए और यू नो वर्किंग एक्सपीरियंस होना चाहिए पहला, यू नो डिग्री करने यू नो बाद। तो उन्होंने कोई एक्सपीरियंस नहीं है, पर उन्होंने जगह उन्होंने इंस्टीट्यूट में नहीं मिलती, पर जो अखौती है कॉलेज जोड़े उन्होंने जगह दे दी जाती है, वो उन्होंने ना तो मैटर समझ पाता और ना उन्हें कोई क्वालिफिकेशन होती है, ना कमांड इंग्लिश की होंगी है। जो ये जरा आईलैट कर लेना जो कुछ कर लेना ये बेसिकली ये तो एक सिर्फ एवं जरीहा एक माध्यम है कि चलो भी अगला स्टैप चुकन का। सो बट इनफैक्ट बहुत व्डा इट्स अ वेरी फॉर्मेडेबल टास्क, पढ़ाई लिए कोई नहीं जा रहा इस वेले, ये सिर्फ इतने वकील आते हैं, वो अपने बोरे पैसे भर लेंगे, वो भी यह जी सैमिनार करवा दौ जी, इतने सैमिनार हो रहा जी, कैनेडा तो आने जी सैमिनार हो रहा जी, इंग्लैंड चो आ सैमिनार हो रहा जी, का सैमिनार हो रहा कि सैमिनार कर रहा, जिन्होंने सैमिनार की परिभाषा का नहीं पता, जिन्होंने डेफिनेशन का नहीं पता, स्पैलिंग नहीं हो रही सैमिनार के, एक 10+2 कहो भी तुम आपन फॉर्म भर के दिखा। सो वो जरा कि कॉलेज में जाके की तलीम हासिल करेगा, वो कि क्वालिफिकेशन प्रोफेसनल क्वालिफिकेशन उन्होंने मिलेगी, वो सिर्फ ये है कि टाइम पास कर रहा, बहाने महज एक बहाना है उत्ते पहुँचने का। यह साढ़े बहुत दुखांत है कि जो असं बच्चों उधर तकते हैं, जे बच्चे पढ़ाना सब तो पंजाब इतने क्वालीफाइड हो बच्चा एटलीस्ट ग्रैजुएट, ग्रैजुएट होए उन प्रैक्टिकल एक्सपीरियंस होए फिर उन्होंने भेजो, फिर वह कोई अच्छा मुस्तकबल होएगा, तो नहीं तो भविख जो कि उज्जवल नहीं है, वो सिर्फ महज अपना टाइम वेस्ट करके मुड़ के फिर झोटे हकेगा इतने आके। तुसीं दस्सिया कि एक सुपना जिहड़ा कि उत्थे पहुँचण तो बाद लोगों का चकना चूर हो रहा, इत्थे जदों खबरां लोग देखते सुनते आ कई बार उन्होंने सच नहीं मनना चाहते, दसोगे तुसीं उत्थों आए हो बरतानिया की धरती तो कि उत्थे एक एक दस्सिया जाता कि छोटे जे कमरे के 7-7, 8-8, 10-10 लड़के रेंदे आ, ते नाल मजबूरी बस लड़कियां नूं भी रहना पैंदा। एब्सोल्यूटली दैट्स अ मैटर ऑफ फैक्ट, इहदे विच कोई दो राय नहीं है, एक एक कमरे के विच इही लड़कियां जो कि मजबूरी है, क्योंकि इन्नी ठंड के क्योंकि सानू खुद पता क्योंकि रेडियो स्टेशन के संचालक होने के नाते क्योंकि साढ़े को प्रॉब्लम जड़ियाँ यू नो क्वाइट रैपिडली साढ़े को आदि, और मैं इन लोगों की इंटरव्यू भी करदा अक्सर ही, मैं इन लोगों को लिया एयर उत्ते भी तुहाड़े आउण दा मकसद ते परपस की है, की मनोरथ है तुहाड़ा, और इस वेले क्योंकि बाहर सड़कों के उत्ते जो कि इन्ना यू नो ठंड का प्रकोप हंडा रहे होंगे लोग कि उस वेले इन्नी ठंड पै रही, बर्फ पै रही होंगी है, उस वेले ये लोग बच्चिया जिहड़ियां बाहर तुरियां फिरदियां सड़कों के उत्ते, सो वो जिहड़ी वल्चर्स जिहड़े होंदे ने वो तुरे फिरदे ने सड़कों के उत्ते, वो उन्होंने पनाह देने लई इन्हां दा शरीरक शोषण करते हैं, फिर इन अपने वो कहते चलो साढ़े नाल रात गुजार लो तुम साढ़े नाल रह लो। सो इस तरह के हादसे जो है फ्रीकुएंटली हो रहे हैं उस कंट्री के, हुण वैसे बरतानिया सरकार ने काफ़ी इस पक्षों नत्थ पाई है, और उन्होंने जो कि क्योंकि बहुत ज़्यादा ही जिन्होंने कह लो कि बहुत ज़्यादा गंद पै रहा है और साढ़े देश का नाम बदनाम हो रहा है, और साढ़े जिहड़ियां लोकल कैंसलर जां एम पीज ने उन्होंने भी इस गल के उत्ते प्रोड़ता की जोर पाया कि तुसी जिहड़े जेन्युइन बोनाफाइड स्टूडेंट है उन्होंने तुसी आउण दिओ, उन्होंने तुसी मौका दिओ, जिहड़े कि बोगस स्टूडेंट जिहड़े आ के नाम बदनाम करदे सिर्फ शराबां पी के जिहनों उन्होंने लड़ाइयां करनियां जां नशे करने उन्होंने आदि होए आ, वह फिर नशियां करन दे लई कई तरह दीआं वारदातां करदे उत्थे। सो इहो जिहे हादसे अक्सर हो रहे ने, इह कोई चंभे वाली गल नहीं है कि जे लड़कियां जिहड़ियां कि 7-7 लड़कियां दे विचकार सौंदियां, इह बिल्कुल सही गल है। अच्छा तुसीं दसोगे कि जिहड़े लोग उत्थे इलीगल हो जांदे ने, हाँ जी तुसीं दस्सिया कि जाके पढ़ना मकसद नहीं हुंदा, पी आर लैणा हुंदा, पी आर जदों कुछ कंडीशनज शर्तां हुंदियां ने, जदों व्यक्ति शर्तां नहीं पूरियां करदा पी आर नहीं मिल सकदा, इलीगल हो जांदे ने। सो इलीगल बच्चे बच्चियां दा उत्थे की फ्यूचर हुंदा जी? देयर इज़ नो फ्यूचर व्हाटसोएवर, कोई भी उन्हां दा भविख नहीं है, क्योंकि उन्होंने जदों भी अरेस्ट किए जाते हैं दे गेट एक्सट्राडाइटेड, कंट्री के विचों रिमूव कर दिए जाते हैं, और अजकल छापे बहुत पै रहे हैं, क्योंकि जो उत्थों की सरकार है उन्होंने
जो तेरी ब्रिटिश सरकार है उन्होंने आदेश दिए है, इमीग्रेशन अथॉरिटी दी, पुलिस अथॉरिटी दी कि जो कोई बंदा इस तरीके एक्सट्राडाइट करो ओवरस्टेयर नू, खास करके स्टूडेंट के उत्ते तो बहुत ज़्यादा अख रखी जा रही है। उस दे नाल बहुत होर भी यू नो ये लोग की करते हैं कि कई बार अकाउंट्स खुलवा लेंगे ने बैंकों के, उस तो ओवरड्राफ्ट फैसिलिटी ले लैनी है, ट्रस्ट यू नो बिल्ड करके कंप्यूटर की दुकानों तो कंप्यूटर लैके यू नो रोपोश हो जाना, अपने वतन वापस आ जाना। सो ये बड़े बहुत दिया बड़े दुखांत ने उत्थे कि वो कि देश बदनाम होंगे कि जो जेन्युइन बंदे आ दे आर सफरिंग इन साइलेंस एट द मोमेंट, जो बोनाफाइड जो इंडिजनट पापूलेशन जो है जो सैटलर ने उत्थे सानू कोई उन्होंने दुखा इन्होंने दुख नहीं है। सानू दुख इस गल का आता कि जिस परपस या मकसद में तुम लैके आए हो उस पर फोकस रहो, तुम कॉलेज जाने हो तो कॉलेज जाओ, अपन हाजरियां पूरी करो, 80% कम से कम लैक्चर जोड़े अटेंड करो, इन्होंने लैक्चर देखो नैगलीजिबल, कोई लैक्चर जोड़ा होगा हार्डली 5% 10% क्योंकि अजक इमीग्रेशन जी अख रखती इन्होंने उत्ते, और उस वे होम ऑफिस उन्होंने कॉलेज में भी जरा कि उन्होंने भी वो तार पीडो कर देंगे कि जो लगता कि कॉलेज जरा कि इट्स नॉट ए बोनाफाइड कॉलेज, ये जस्ट फेक कॉलेज ने, उन्होंने तार पीडो कर देंगे अजक। सो ऑन दी होल आई एम टेलिंग यू कि जरा इट्स बिगेस्ट कैटास्ट्रोफी एट द मोमेंट, तड़ा तड़ पहला ऑस्ट्रेलिया वाल रुख कर लिया लोगों ने, बच्चों भेज दो जी ऑस्ट्रेलिया भेज दो, ऑस्ट्रेलिया धक्के पे, उस तो बाद इंग्लैंड खुल गया, इंग्लैंड तो बाद ऑस्ट्रेलिया कैनेडा खुल गया, हूँ कैनेडा जोड़ा बच्चा 10+2 करता उस तो बाद जी आईलैट की नहीं तो सीधे जी पैसे जमा कराओ तो चले जाओ, जाना बहुत आसान है पर उत्थे जा के सैटल होना इट्स नॉट ए ईजी टास्क, इट्स अ वेरी डिफिकल्ट जॉब। इस गल कभी असी इन नज़रअंदाज नहीं करना चाहिए कि आने वाले समय से ये कंसकुएंस की होंगे, जे 8-10-20 लाख रुपया खर्च करके असं उस वतन जाने जी इसनों इतने ही इनवेस्ट किया जाए अपने वतन ही जाके, आई कैन अश्योर यू कैटेगोरिकली कि लोग इतने बहुत कुछ कर सकते हैं, कोई तुम इन्ने पैसे बैंक में ही जमा कर दो, रिटर्न ही जी इफेक्टिवली काफ़ी मिल जाती है। उस तो अलावा कोई इतने दुकान खोल लो, कोई अरेता ही सुटवा लो, इतने इटा का व्यापार कर लो, कोई ना कोई तुम कम क्रिएटिविटी है नहीं है ना इतने, हूँ इन्होंने की है कि जो कोई बी ए भी ग्रैजुएट भी है इतने मान लो प्रैक्टिकल एक्सपीरियंस नहीं कोई और हाथी कम नहीं किया, जट का पुत्र वो उन्होंने यो ही हंकार मारी जाता कोई नहीं रोटी तो मिलती है ना, तो जो दूसरे बेचारे यू नो जो लोग ने जिन्हों तो रुजगार कमाने का ढंग दसिया बाणिया टाइप लोग जोड़े उन्होंने सोच है, उन्होंने पता है कि भी बच्चे छोटे तालीम देनी है कि पुत्र कि बड़ा होकर असी रोटी कि कमाई है, सो ये चीज़ा बहुत जरूरी है, पर असी बच्चों टैक्नीकली करैक्ट नहीं है साढ़े बच्चे, तुसी टैक्नीकली जो बच्चे एजुकेशन दो क्योंकि बच्चे को क्वालिफिकेशन नहीं होंगी, टैक्नीकल जगह जगह नहीं मिलती, उत्थे जाते उत्थे फेल हो जाते हैं, सो वो बच्चे उत्थे जाके कि कामयाब होंगे। सो वो देश है प्रैक्टिकल, साढ़े जिहड़े यू नो तुसी कैनेडा ले लो, दूसरे इंग्लैंड ले लो, ऑस्ट्रेलिया ले लो, दे आर वेरी प्रैगमैटिक, जे तुम प्रैक्टिकली कुछ आंदा नहीं, हूँ इतने मैं देखता कि एम एस सी की होंगी कुड़ियों ने कई बार साढ़े को कम करने होंगे, लो जी मैं उन्होंने पूछी जो कोई सवाल जवाब करी दा, कोई कहती मैं एम एस सी कैमिस्ट्री की है, कोई कहता जी मैं एम एस सी जी कंप्यूटर एप्लीकेशन की है, तो उन्होंने जो कहते कि कंप्यूटर के उत्ते जाके तू चल भी आप स्प्रैडशीट बना के दिखा, वो कहते जी मेरे नोट्स इंडिया रह गए। सो इट्स सो अटली यू नो एक्सेंट्रिक एंड स्टूपिड ही लगता कि बच्चों प्रैक्टिकली जो कुछ आंदा नहीं, सिर्फ गेम खेलिया आदि। चलो जी बड़ियां बड़ियां डिग्रियां कोल होने का मतलब ये नहीं कि दिमाग दे विच ज्ञान भी होएगा, ये दस रहे ने प्रैक्टिकल जीवन दे विचों सरदार गाखल जी यूके की धरती तो आए हुए ने। सो ये भी तुसी दस्या जी कि जहाज़ विच बैठ के पहुँच जाण दे नाल सुपना सच नहीं हो जाना, सो पी आर नहीं मिल जानी, लेकिन पी आर मिलने के लिए एक बड़ा लंबा कॉम्प्लीकेटड तो सख्त प्रोसैस है जिस विचों हर एक व्यक्ति नहीं लंघ सकता। तुसी की महसूस करते हो बरतानिया की धरती ते रहिंदिया कि भारत दे विच शहीदां ने शहादतां दे दे के गोरियां नूं कढ़िया मुल्क आज़ाद कराया, अज साडे लोग फिर अंबैसियां दे गेड़े कढ़ रहे ने किसी भी तरह, जी जे जहाज़ दे विच सीट नहीं जगह नहीं वीज़ा नहीं मिलता तो परां वाली जगह भी लुक के जाण नूं यूके तैयार ने। सो की महसूस करते हो तुसीं हर एक तरह के हाँ जी विषय नूं हैंडल करते हो सुख सागर रेडियो ते, सो शहीदां ने सोचा कुछ होर सी ते अज दा नौजवान कर कुछ होर रहा? देखो जी सब तो वड्डी प्रॉब्लम है कि इस देश दे विच जिहड़े बच्चे ज़्यादातर नशेड़ी हो गए ने, अच्छा जी, और उस तो अलावा सुपना उस कहें कि असी अपना जो सुपना ये साड़ा केवल साकार असी प्रवास हंडा के ही कर सकते, जो कि एक उन्होंने बहुत एक ही सोच है और गलत सोच है। जिहड़ा बच्चा इस कंट्री विच कामयाब नहीं है
ਉੱਥੇ ਜਾ ਕੇ ਕੀ ਕਾਮਯਾਬੀ ਮਿਲੇਗੀ। ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਜ਼ਰੂਰ ਕਰਵਾ ਲਿਆ, ਪਰ ਸੋਚ ਅਤੇ ਗੁਲਾਮੀ ਦਾ ਜੂੜਾ ਤਾਂ ਸਾਡੇ ਅਜੇ ਵੀ ਸਾਡੇ ਗੱਲ ਦੇ ਉੱਤੇ ਆ, ਕਿਉਂਕਿ ਇਹ ਸਾਡੀ ਆਪਣੇ ਕਰਕੇ ਆ। ਸਾਡੀ ਇਸ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਸੈਲਫ ਇਨਫਲਿਕਟਿਡ, ਕੋਈ ਕੰਮ ਜਿਹੜੇ ਹੁੰਦੇ ਸੈਲਫ ਇਨਫਲਿਕਟਿਡ ਹੁੰਦੇ ਆ। ਅਸੀਂ ਆਪਣੇ 'ਤੇ ਆਪ ਹੀ ਛੁਰੀਆਂ ਚਾਕੂ ਚਲਾ ਰਹੇ ਹਾਂ, ਆਪਣੇ ਆਪਣੇ ਜ਼ਿਹਨ ਦੇ ਉੱਤੇ ਵੀ, ਹਰ ਤਰ੍ਹਾਂ ਦੇ ਨਾਲ ਆਪਣੇ ਸਰੀਰਕ ਤੌਰ ਉੱਤੇ ਵੀ, ਕਿਉਂਕਿ ਜੇ ਅਸੀਂ ਆਪਣੀ ਸੋਚ ਨੂੰ ਬਦਲ ਲਈਏ, ਕਿਉਂਕਿ ਸਾਡੀ ਸੋਚ ਜਿਹੜੀ ਆ ਉੱਥੇ ਟਿੱਕੀ ਹੋਈ ਹੈ। ਠੀਕ ਹੈ ਜੀ। ਆਜ਼ਾਦ ਹੋਣ ਦੇ ਨਾਲ, ਮਤਲਬ ਤੁਸੀਂ ਜੇ ਸੋਚ ਨੂੰ ਵਿਕਸਿਤ ਨਹੀਂ ਹੋਣ ਦਿੰਦੇ, ਤੁਸੀਂ ਇਹ ਯੂ ਨੋ ਹੁਣ ਤੁਸੀਂ ਠੀਕ ਹੈ ਕਿ ਫਸਲ ਲਗਾ ਦਿੱਤੀ, ਕੋਈ ਖਾਦ ਨਹੀਂ ਪਾਉਂਦੇ, ਜੇ ਤੁਹਾਡੀ ਫਰਟਾਈਲ ਜ਼ਮੀਨ ਜ਼ਰਖੇਜ਼ ਜ਼ਰੂਰ ਸੀ, ਅੱਜ ਕੱਲ੍ਹ ਫਸਲਾਂ ਵੀ ਤਬਾਹ ਹੋ ਗਈਆਂ, ਤੁਸੀਂ ਦੇਖ ਰਹੇ ਹੋ ਕਿ ਹਰ ਇੱਕ ਬੰਦਾ ਸੋਚਦਾ ਕਿ ਮੈਂ ਕਿਹੜੀ ਘੜੀ ਜਾ ਕੇ ਪ੍ਰਦੇਸ਼ਾਂ ਵਿੱਚ ਸੈਟਲ ਹੋ ਜਾਵਾਂ ਔਰ ਉੱਥੇ ਜਾ ਕੇ ਮੈਂ ਕੰਮ ਕਰਾਂ। ਉਹ ਕਿਉਂ ਦੇਖ ਕਰਦੇ ਆ? ਕਿਉਂਕਿ ਸਾਡੇ ਪ੍ਰਦੇਸ਼ਾਂ ਨੂੰ ਜਦੋਂ ਵੀਰ ਆਉਂਦੇ ਨੇ ਇੱਥੇ, ਉਹਨਾਂ ਨੂੰ ਦੇਖ ਦੇਖ ਕੇ ਬੜੇ ਬੜੀਆਂ ਕੋਠੀਆਂ, ਬੜੇ ਬੜੇ ਮਕਾਨ, ਗਾਲਾਂ ਵਿੱਚ ਸੋਨੇ ਦੇ ਸੰਗਲ ਪਾਏ ਹੁੰਦੇ, ਸੰਗਲੀ ਨਹੀਂ ਪਾਈ ਹੁੰਦੀ, ਸੰਗਲ ਪਾਏ ਹੁੰਦੇ ਆ। ਇਹ ਇਹਨਾਂ ਚੀਜ਼ਾਂ ਨੂੰ ਦੇਖ ਕੇ ਇੱਕ ਉਹਨਾਂ ਦੇ ਵੱਲ ਉਹਨਾਂ ਨੂੰ ਲਾਲਸਾ ਹੋ ਜਾਂਦੀ ਕਿ ਕਾਸ਼ ਕਿ ਮੈਂ ਵੀ ਕਿਤੇ ਗਿਆ ਹੁੰਦਾ ਅਤੇ ਅੱਜ ਸਾਡੇ ਘਰ ਵਿੱਚ ਹੀ ਰੌਣਕਾਂ ਬਣੀਆਂ ਹੁੰਦੀਆਂ। ਹੁਣ ਇਸ ਕੰਟਰੀ ਵਿੱਚ ਕੀ ਨਹੀਂ ਹੈ, ਤੁਸੀਂ ਖੁਦ ਦੇਖਿਆ, ਅਸੀਂ ਵੀ ਇੱਥੇ ਆਉਂਦੇ ਹਾਂ ਹਰ ਸਾਲ ਦੇ ਵਿੱਚ ਤਿੰਨ ਤਿੰਨ ਵਾਰੀ ਆਈਦਾ, ਔਰ ਇਹ ਕੰਟਰੀ ਵਿੱਚ ਬਹੁਤ ਜ਼ਿਆਦਾ ਕੁਛ ਸਭ ਕੁਛ ਹੈ, ਪਰ ਸਿਰਫ ਅੱਛੀ ਨੀਅਤ ਜਿਹੜੀ ਹੈ, ਜੇ ਅੱਛੀ ਨੀਅਤ ਨਾਲ ਬੱਚਿਆਂ ਨੂੰ ਗਾਈਡੈਂਸ ਦੀ ਲੈਕਿੰਗ ਹੈ ਕਿ ਬਚਪਨ ਦੇ ਵਿੱਚ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਐਜੂਕੇਸ਼ਨ ਜਿਹੜੀ ਹੈ ਕਿ ਜ਼ਿਆਦਾਤਰ ਵਿੱਦਿਆ ਜਿਹੜੀ ਘੋਟੇ ਦੀ ਜ਼ਿਆਦੀ ਹੈ ਕਿ ਜਿਹੜਾ ਪ੍ਰੈਕਟੀਕਲ ਜੀਵਨ ਹੈ ਉਹਨੂੰ ਹੰਡਾਉਣ ਦੀ ਜਾਂਚ ਨਹੀਂ ਹੈ ਕਿ ਹਰ ਚੀਜ਼ ਜਿਹੜੀ ਹੈ ਕਿ ਮੈਮੋਰਾਈਜ਼ ਕਰਦੇ ਆ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਪ੍ਰੈਕਟੀਕਲੀ ਇਹਦਾ ਮਤਲਬ ਕੀ ਹੈ। ਜੇ ਅਸੀਂ ਇਹਨੂੰ ਸਮਝਣ, ਟੈਕਨੀਕਲ ਸਮਝਣ, ਤਾਂ ਇੱਥੇ ਹੀ ਉਹ ਕਾਮਯਾਬ ਹੈ, ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ, ਇੱਥੇ ਪੈਸਾ ਬਹੁਤ ਕਮਾ ਸਕਦੇ ਲੋਕ ਔਰ ਕਮਾ ਰਹੇ ਨੇ ਲੋਕ। ਚਲੋ ਜੀ, ਦੱਸ ਰਹੇ ਨੇ ਕਿ ਵਿੱਦਿਆ ਜਿਹੜੀ ਇੱਥੇ ਪ੍ਰਾਪਤ ਕੀਤੀ ਜਾਂਦੀ ਕੋਟੇ ਲਗਾ ਲਗਾ ਕੇ ਅਸੀਂ ਕਿਤਾਬੀ ਗਿਆਨ ਪ੍ਰਾਪਤ ਕਰਦੇ ਹਾਂ, ਜਿਹੜਾ ਕਿ ਅਸਲੀ ਜ਼ਿੰਦਗੀ, ਅਮਲੀ ਜ਼ਿੰਦਗੀ ਦੇ ਵਿੱਚ ਅਸੀਂ ਉਸਨੂੰ ਕਿਤੇ ਰਿਲੇਟ ਨਹੀਂ ਕਰ ਪਾਉਂਦੇ, ਲੇਕਿਨ ਕਿ ਵਿਦੇਸ਼ੀ ਵਿਕਸਿਤ ਦੇਸ਼ਾਂ ਦੇ ਵਿੱਚ ਅਜਿਹਾ ਵਿੱਦਿਅਕ ਸਿਸਟਮ ਹੈ ਕਿ ਬੱਚੇ ਜੋ ਕੁਝ ਸਿੱਖਦੇ ਨੇ ਸਕੂਲਾਂ 'ਚ, ਅਮਲੀ ਜੀਵਨ ਦੇ ਵਿੱਚ ਉਹ ਕਲਾਸਾਂ ਪਾਸ ਕਰਨ ਤੋਂ ਬਾਅਦ ਉਸ ਨੂੰ ਕਿਤੇ ਨਾ ਕਿਤੇ ਰਿਲੇਟ ਵੀ ਕਰ ਪਾਉਂਦੇ ਨੇ, ਵਰਤ ਵੀ ਪਾਉਂਦੇ ਨੇ। ਇਸ ਦੇ ਨਾਲ ਹੀ ਜੀ, ਨੌਜਵਾਨਾਂ ਦਾ ਹੀ ਸੁਪਨਾ ਨਹੀਂ ਹੁੰਦਾ ਵਿਦੇਸ਼ ਦੀ ਧਰਤੀ 'ਤੇ ਜਾਣਾ, ਇੰਗਲੈਂਡ ਜਾ ਕੇ ਵਸਣਾ, ਕਨੇਡਾ ਜਾਣਾ, ਅਮਰੀਕਾ ਜਾਣਾ, ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ ਦਾ ਵੀ ਬੜਾ ਸੁਪਨਾ ਹੁੰਦਾ ਕਿ ਉਹ ਵੀ ਕਿਤੇ ਜਾਣ। ਦੱਸੋਗੇ ਤੁਹਾਡੇ ਦੇਸ਼ ਦੇ ਵਿੱਚ ਸਾਡੇ ਬਜ਼ੁਰਗਾਂ, ਪੰਜਾਬੀ ਅਤੇ ਮਾਤਾਵਾਂ ਦੀ ਕੀ ਦਸ਼ਾ? ਉਹਨਾਂ ਦੀ ਦੁਰਦਸ਼ਾ ਜੀ, ਜਾਂ ਦੁਰਦਸ਼ਾ ਕਹਿ ਲਓ, ਉਹਨਾਂ ਦੀ ਦਿਸ਼ਾ ਵੀ ਖਰਾਬ ਹੈ ਅਤੇ ਦਸ਼ਾ ਵੀ, ਦੋਨੇ ਹੀ ਤਰ੍ਹਾਂ ਦੇ ਨਾਲ ਮੈਂ ਤਾਂ ਕਹਾਂਗਾ, ਕਿਉਂਕਿ ਜੋ ਸੁਪਨਾ ਉਲੀਕ ਕੇ ਗਏ ਸੀ ਉਹ ਕਿ ਆਪਣੇ ਯੂ ਨੋ, ਕਈ ਵਾਰੀ ਹਰ ਕੋਈ ਬੱਚਾ ਜਿਹੜਾ ਕਿ ਕੁਝ ਸੇਵਾਦਾਰ ਬੱਚੇ ਵੀ ਨੇ ਜਿਹੜੇ ਆਪਣੇ ਮਾਂ ਬਾਪ ਦੀ ਡਿਊ ਰਿਸਪੈਕਟ ਕਰਦੇ ਨੇ, ਦਿਲੋਂ ਰਿਸਪੈਕਟ ਕਰਦੇ ਨੇ, ਉਹਨਾਂ ਦੇ ਦਿਲ ਵਿੱਚ ਚਾਹਤ ਹੈ, ਪਿਆਰ ਹੈ ਕਿ ਚਲੋ ਸਾਡਾ ਮਾਂ ਬਾਪ ਜਿਹੜਾ ਕਿ ਆਈਸੋਲੇਟ ਹੋਇਆ ਅਤੇ ਬੈਠਾ, ਕਈ ਵਾਰੀ ਉਹ ਤਨਹਾ ਮਹਿਸੂਸ ਕਰਦੇ ਨੇ, ਉਹਨਾਂ ਨੂੰ ਚਾਅ ਹੁੰਦਾ ਕਿ ਮੈਂ ਆਪਣੇ ਬੱਚਿਆਂ ਦੇ ਕੋਲ ਜਾਵਾਂ, ਮੈਂ ਪੋਤਿਆਂ ਨੂੰ ਪਿਆਰ ਲਵਾਂ, ਪੋਤੀਆਂ ਦਾ ਪਿਆਰ ਲਵਾਂ। ਪਰ ਦੁਖਾਂਤ ਇਹ ਹੈ ਕਿ ਉੱਥੇ ਸਾਡੇ ਕੋਲ ਸਮਾਂ ਨਹੀਂ ਹੁੰਦਾ ਉਹਨਾਂ ਦੇ ਲਈ, ਕਿਉਂਕਿ ਇਸ ਕੰਟਰੀ ਵਿੱਚ ਉਹ ਆਜ਼ਾਦ ਬੈਠੇ ਹੋਏ ਨੇ ਅਤੇ ਉੱਥੇ ਜਾ ਕੇ ਗੁਲਾਮ ਹੋ ਜਾਂਦੇ ਨੇ। ਕਿਉਂ? ਕਿਉਂਕਿ ਘਰ ਦੇ ਵਿੱਚ ਬੈਠੇ ਰਹਿਣਾ ਜਾਂ ਪਾਰਕ ਵਿੱਚ ਬੈਠੇ ਰਹਿਣਾ ਤਨਹਾਈ ਦਾ ਜੀਵਨ ਹੈ, ਅਤੇ ਜਾਂ ਆਪਣੇ ਆਪ ਨੂੰ ਜਿੰਨੀ ਚਿਰ ਉਹ ਬੰਦਾ ਸਮਝੌਤਾ ਨਹੀਂ ਕਰ ਪਾਉਂਦਾ ਮਾਂ ਬਾਪ ਕਿ ਲਓ ਵੀ ਮੈਂ ਹੁਣ ਆਇਆ ਤਾਂ ਮੈਂ ਇੱਥੇ ਰਹਿਣਾ ਚਾਹੁੰਦਾ, ਉਹ ਵੀ ਜੇ ਕੋਈ ਨਿੱਕੀ ਉਹ ਵੀ ਨੱਕ ਚੋਂ ਠੂਏ ਉਹਨਾਂ ਦੇ ਵੀ ਡਿੱਗਦੇ। ਅੱਛਾ, ਇਹ ਵੀ ਮੈਂ ਤੁਹਾਨੂੰ ਨਾਲ ਦੱਸਣੀ ਚਾਹਾਂਗਾ, ਕਿਉਂਕਿ ਗੱਲ ਉਹਨਾਂ ਦੇ ਵੀ ਬਰਦਾਸ਼ਤ ਤੋਂ ਬਰਦਾਸ਼ਤ ਨਹੀਂ ਕਰ ਪਾਉਂਦੇ ਹੋ। ਜੇ ਕੋਈ ਕੋਈ ਗੱਲ ਆਪਣਾ ਪੁਆਇੰਟ ਆਫ ਵਿਊ ਜਾਂ ਦ੍ਰਿਸ਼ਟੀਕੋਣ ਦੇਣ ਦੀ ਕੋਸ਼ਿਸ਼ ਕਰਦਾ, ਉਹ ਕਹਿੰਦੇ ਵੀ ਲੈ ਵੀ ਇਹ ਮੇਰੇ ਤੋਂ ਸੜ ਰਹੀ, ਨੋ ਮੇਰੀ ਹੈ, ਉਹ ਆਪਣਾ ਜਿਸ ਤਰ੍ਹਾਂ ਜੀਵਨ ਉਹ ਪ੍ਰੈਕਟੀਕਲੀ ਹੰਡਾਇਆ ਉਸ ਤਰੀਕੇ ਨਾਲ, ਜੇ ਉਹਨਾਂ ਨੂੰ ਕਹਿ ਵੀ ਦਿੰਦੇ ਕਿ ਮੰਮੀ ਵੀ ਜੀ ਤੁਸੀਂ ਇੱਦਾਂ ਕੰਮ ਕਰ ਰਹੇ ਹੋ, ਤਾਂ ਬੀਜ ਨੂੰ ਕਹਿੰਦੀ ਕਿ ਮੈਂ ਸਾਰੀ ਉਮਰ ਕਰਦੀ ਰਹੀ, ਮੈਨੂੰ ਉਹ ਤੋਂ ਅੱਜ ਮੈਨੂੰ ਮਤਾਂ ਨਾ ਦੇ। ਸੋ ਜਿਹੜੇ ਤਾਂ ਮਾਂ ਬਾਪ ਸਮਝ ਲੈਂਦੇ ਆ ਕਿ ਲਓ ਜੀ ਅਸੀਂ ਹੁਣ ਆਪਣੇ ਬੱਚਿਆਂ ਦੇ ਨਾਲ ਇੱਥੇ ਰਹਿ ਕੇ ਖੁਸ਼ ਹਾਂ, ਉਹਨਾਂ ਲਈ ਤਾਂ ਸਵਰਗ ਹੈ, ਅਤੇ ਜਿਹੜੇ ਲੋਕ ਸਮਝੌਤਾ ਨਹੀਂ ਕਰ ਪਾਉਂਦੇ ਉਹਨਾਂ ਦੀ ਨਰਕ ਹੈ। ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਕੀ ਹੈ ਕਿ ਜਦੋਂ ਬਜ਼ੁਰਗ ਹੋ ਜਾਂਦਾ ਬੱਚਾ, ਜਾਂ ਮਾਫੀ ਚਾਹੁੰਦੇ, ਜਦੋਂ ਬਜ਼ੁਰਗ ਹੋ ਜਾਂਦੇ ਨੇ ਸਾਡੇ ਮਾਤਾ ਪਿਤਾ ਬਿਰਧ ਹੋ ਜਾਂਦੇ ਨੇ, ਉਹਨਾਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡ ਦਿੰਦੇ ਆ। ਹੁਣ ਬਿਰਧ ਆਸ਼ਰਮ ਦੇ ਵਿੱਚ ਜੋ ਹਸ਼ਰ ਹੈ ਉਹਨਾਂ ਦਾ, ਉਹ ਤਨਹਾ ਵਿਚਾਰੇ ਚੀਖਾਂ ਮਾਰਦੇ ਆ, ਬੱਚਿਆਂ ਨੂੰ ਮਿਲਣ ਦੀ ਉਹਨਾਂ ਨੂੰ ਲਾਲਸਾ ਹੁੰਦੀ ਆ, ਉਹ ਬੈਠੇ ਹੋਏ ਚੀਖਾਂ ਮਾਰਦੇ ਆ, ਉਹਨਾਂ ਨੂੰ ਕਿਤੇ ਵੀਕਐਂਡ ਦੇ ਉੱਤੇ ਕਦੇ ਕੋਈ ਸ਼ਾਇਦ ਹੀ ਕੋਈ ਕਦੇ ਮਿਲਣ ਜਾਵੇ, ਪਰ ਉਹਨਾਂ ਦਾ ਜਿਹੜੀ ਤਨਹਾਈ ਹੈ ਉਹ ਬਰਦਾਸ਼ਤ ਤੋਂ ਯੂ ਨੋ ਬਾਹਰ ਹੈ। ਸੋ ਮੈਂ ਮਹਿਸੂਸ ਕਰਦਾ ਕਿ ਬਜ਼ੁਰਗਾਂ ਲਈ ਜਿਹੜਾ ਹਿੰਦੁਸਤਾਨ ਹੈ, ਜਾਂ ਆਪਣਾ ਪੰਜਾਬ ਸੋਹਣਾ ਵਤਨ ਹੈ, ਸੋਹਣੀ ਹਵਾ ਹੈ ਇੱਥੇ, ਚਾਰ ਬੰਦੇ ਗੱਲਾਂ ਕਰਨ ਨੂੰ ਮਿਲ ਜਾਂਦੇ ਆ, ਉਹਨਾਂ ਲਈ ਤਾਂ ਇੱਥੇ ਬੈਠ ਰਿਹਾ, ਅਤੇ ਉਂਝ ਠੀਕ ਹੈ ਕਿ ਮਾਂ ਬਾਪ ਬੱਚਿਆਂ ਨੂੰ ਮਿਲਿਆ ਆਓ, ਮਿਲਣ ਤੋਂ ਬਾਅਦ ਜੇ ਤੁਸੀਂ ਇਹ ਜੇ ਕਹੋ ਨਾ ਮੈਂ ਉੱਥੇ ਜਾ ਕੇ ਸੈਟਲ ਹੋਣਾ, ਜਾਂ ਕੁਛ ਲੋਕਾਂ ਨੂੰ ਲਾਲਸਾ ਹੁੰਦੀ ਕਿ ਇਹਨੂੰ ਪੈਨਸ਼ਨ ਲਾ ਜੂ ਬੁੜੇ ਨੂੰ, ਜਾਂ ਬੀਬੀ ਨੂੰ ਪੈਨਸ਼ਨ ਲਾ ਜੂ ਆਰਾਮ ਨਾਲ ਟੋਰ ਦੇ ਨਾਲ, ਯੂ ਨੋ ਚਲੋ ਹੋਰ ਨਹੀਂ ਤਾਂ ਦੁੱਧ ਪਾਣੀ ਤਾਂ ਚੱਲਦਾ ਰਹੇਗਾ। ਸੋ ਮੈਂ ਉਹਨਾਂ ਨੂੰ ਇਹ ਚਾਹੁੰਦਾ ਕਿ ਉਹ ਆਪਣੇ ਬਜ਼ੁਰਗਾਂ ਨੂੰ ਇਸ ਤਰੀਕੇ ਨਾਲ, ਉਹਨਾਂ 'ਤੇ ਇਹੋ ਜਿਹਾ ਜ਼ਹਿਨੀ ਤਸ਼ੱਦਦ ਨਾ ਕਰੋ, ਉਹਨਾਂ ਨੂੰ ਜਿੱਥੇ
ਜੋਰਾਵਰ ਸਿੰਘ ਆਖਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਦਾ ਜੀਵਨ ਹਾਂਜੀ ਉੱਥੇ ਗੁਜ਼ਰਿਆ ਹੈ ਬਰਤਾਨੀਆ ਦੀ ਧਰਤੀ 'ਤੇ ਅਤੇ ਉੱਥੋਂ ਦੀ ਜੀਵਨ ਜਾਂਚ ਤੋਂ ਭਲੀ ਭਾਂਤ ਵਾਕਫ ਨੇ। ਇੱਕ ਸਾਲ ਦੇ ਵਿੱਚ ਕਈ ਕਈ ਵਾਰ ਇਹ ਪੰਜਾਬ ਦੀ ਧਰਤੀ 'ਤੇ ਭਾਰਤ ਦੇ ਵਿੱਚ ਵੀ ਆਉਂਦੇ ਨੇ ਕਿ ਸਾਡੇ ਪ੍ਰੋਗਰਾਮ ਦੇ ਨਾਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੌਜਵਾਨ ਲੜਕੇ ਲੜਕੀਆਂ ਸਭ ਜੁੜਦੇ ਹਨ। ਕੀ ਅਪੀਲ ਕਰਨਾ ਚਾਹੋਗੇ ਕਿ ਵਿਦੇਸ਼ ਬਰਤਾਨੀਆ ਵਰਗੇ ਦੇਸ਼ ਦੇ ਵਿੱਚ ਉਹਨਾਂ ਨੂੰ ਤਤਪਰਤਾ ਦੇ ਨਾਲ ਜਾਣਾ ਵੀ ਚਾਹੀਦਾ ਹੈ ਕਿ ਜਾਂ ਨਹੀਂ ਜਾਣਾ ਚਾਹੀਦਾ ਅਤੇ ਜਾਂ ਫਿਰ ਕਿਸ ਤਿਆਰੀ ਨਾਲ ਜਾਣਾ ਚਾਹੀਦਾ? ਮਾਦਰ ਚਾਹਾਂਗਾ ਕਿ ਤੁਹਾਡੇ ਕਹਿਣ ਤੋਂ ਮੁਰਾਦ ਹੈ ਕਿ ਉੱਥੋਂ ਦੇ ਬੱਚਿਆਂ ਦੀ ਗੱਲ ਕਰੇ ਜਾਂ ਅੱਗੇ ਪੰਜਾਬ ਦੇ ਬੱਚਿਆਂ ਨੂੰ? ਦੇਖੋ ਜੀ, ਮੈਂ ਤਾਂ ਇਹ ਕਹਾਂਗਾ ਕਿ ਦੇਖੋ, ਜਾਣਾ ਕੋਈ ਗੁਨਾਹ ਨਹੀਂ ਹੈ, ਪਰਦੇਸ ਹੰਡਾਉਣਾ ਕੋਈ ਮਾੜੀ ਗੱਲ ਨਹੀਂ, ਪਰਦੇਸ ਜਾਣਾ ਕੋਈ ਮਾੜੀ ਗੱਲ ਨਹੀਂ, ਪਰ ਤੁਸੀਂ ਮੈਂਟਲੀ ਫਿਜ਼ੀਕਲੀ ਪ੍ਰਪੇਅਰਡ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਤੁਹਾਨੂੰ ਇਹ ਹੁਣ ਨਿਸ਼ਾਨਾ ਕੀ ਹੈ, ਤੁਹਾਡਾ ਗੋਲ ਕੀ ਆ, ਉਸ ਨਿਸ਼ਾਨੇ ਨੂੰ ਕਿੱਦਾਂ ਤੁਸੀਂ ਇਹਨੂੰ ਅਚੀਵ ਕਿੱਦਾਂ ਕਰਨਾ ਔਰ ਡਿਟਰਮਨ ਕਿੱਦਾਂ ਹੋਣਾ। ਕੋਈ ਇਹ ਨਹੀਂ ਹੈ ਕਿ ਤੁਸੀਂ ਜਾ ਕੇ ਮੇਰਾ ਦਿਲ ਨਹੀਂ ਲੱਗਦਾ, ਜੇ ਤੇਰਾ ਦਿਲ ਨਹੀਂ ਲੱਗਦਾ ਤੂੰ ਗਿਆ ਕੀ ਕਰਨਾ, ਦਿਲ ਲਾਉਣਾ ਹੀ ਪਏਗਾ, ਮਿਹਨਤ ਕਰਨ ਨੂੰ ਤਿਆਰ ਹੋਣਾ ਚਾਹੀਦਾ। ਕੋਈ ਕੰਮ ਬੁਰਾ ਨਹੀਂ ਹੁੰਦਾ, ਜੁੱਤੀਆਂ ਅਸੀਂ ਆਪਣੀਆਂ ਆਪ ਸਾਫ਼ ਕਰਦੇ ਹਾਂ, ਆਪਣੀ ਰਸੋਈ ਆਪਣੀ ਸਾਫ਼ ਅਸੀਂ ਆਪ ਕਰਦੇ ਹਾਂ, ਰੋਟੀਆਂ ਆਪਣੀ ਵਾਇਫ ਦੇ ਨਾਲ, ਭਾਂਡੇ ਧੋਣ 'ਚ ਕੋਈ ਸਾਨੂੰ ਦਿੱਕਤ ਨਹੀਂ ਹੁੰਦੀ, ਔਰ ਅਗਰ ਤੁਸੀਂ ਮੈਂਟਲੀ ਤਿਆਰ ਹੋ, ਜੇ ਤੁਸੀਂ ਸ਼ਾਦੀ ਲਈ ਜਾਂਦੇ ਹੋ, ਜੇ ਤੁਹਾਨੂੰ ਵਾਈਫ ਤੁਹਾਡੀ ਕਹਿ ਦਿੰਦੀ ਇਟਸ ਨੋਟ ਬਿਲੋ, ਜਿਹਨੂੰ ਕਹਿੰਦੇ ਕਿ ਇੱਕ ਇਨਫਰਾ ਡਿੱਗ ਹੁੰਦਾ ਕਿ ਬਈ ਮੈਨੂੰ ਬਈ ਐਤ ਬੜੀ ਬੜੀ ਤੋਹੀਨ ਆ ਕਿ ਮੈਨੂੰ ਮੇਰੀ ਜਨਾਨੀ ਨੇ ਮੈਨੂੰ ਕਹਿਤਾ ਬਈ ਜਾਂ ਪਾਣੀ ਲਿਆ ਕੇ ਆ, ਜਿਹਨੂੰ ਜਾਂ ਕਹਿੰਦਾ ਉਹ ਡਿਕਟੇਟ ਵੀ ਕਰਦੀਆਂ ਨੇ, ਐਸੀ ਕੋਈ ਗੱਲ ਨਹੀਂ ਆ, ਕਿਉਂਕਿ ਦ ਵੇ ਦੇ ਹੈਵ ਬਿਨ ਬ੍ਰੌਟ ਅਪ ਇਨ ਦੈਟ ਕੰਟਰੀ। ਸੋ ਉਹਨਾਂ ਦੇ ਨਾਲ ਐਡਜਸਟ ਕਰਨ ਦੇ ਲਈ ਤੁਹਾਨੂੰ ਵੀ ਕੋਈ ਨਾ ਕੋਈ ਸਮਝੌਤਾ ਕਰਨਾ ਪਏਗਾ, ਯੂ ਹੈਵ ਟੂ ਗਿਵ ਐਂਡ ਟੇਕ। ਸੋ ਕਈ ਜਿਹੜੇ ਹੁਣ ਜਿੱਦ ਫੜ ਕੇ ਬੈਠ ਜਾਂਦੇ ਨੇ ਕਿ ਨਹੀਂ ਮੈਂ ਨਾ ਮਾਨੂ ਰਹੇ, ਉਹਨਾਂ ਲਈ ਜਿਹੜਾ ਕਿ ਉਹ ਬਹੁਤ ਪੇਚੀਦਾ ਮਸਲਾ ਪੈਦਾ ਹੋ ਜਾਂਦਾ ਅਤੇ ਉਹਨਾਂ ਦਾ ਵਿਚਿੱਤ ਨਹੀਂ ਹੋ ਲੱਗਦਾ, ਫਿਰ ਉਹ ਯਾਰ ਬੜਮੁੱਲਿਆਂ ਅਨਮੁੱਲਿਆਂ ਦੀਆਂ ਗੱਲਾਂ ਕਰਨ ਲੱਗ ਪੈਂਦੇ ਨੇ ਅਤੇ ਬਈ ਉਹ ਯਾਰ ਅਨਮੁੱਲੇ ਉਹਨਾਂ ਨੂੰ ਚੇਤੇ ਆਉਂਦੇ, ਫਿਰ ਉੱਥੇ ਜਾ ਕੇ ਵੀ ਅਸੀਂ ਚੰਗੇ ਭਲੇ ਹੁੰਦੇ ਸੀ ਵੀ ਕਿਹੜੇ ਚੱਕਰ 'ਚ ਪੈ ਗਏ। ਸੋ ਪਰ ਜਿਹੜਾ ਮੈਂ ਇਹ ਕਹਾਂਗਾ, ਜਿਹੜਾ ਇਨਸਾਨ ਆਪਣੇ ਪੈਰਾਂ 'ਤੇ ਖੜ੍ਹਾ ਹੁੰਦਾ, ਜਿਹੜਾ ਆਪਣੇ ਪਿਓ ਤੋਂ ਦੂਰ ਹੋ ਕੇ ਇੱਕ ਵਾਰੀ ਉਹਨੂੰ ਪ੍ਰੂਵ ਕਰ ਦਿੰਦਾ ਕਿ ਪਤਾ ਜੀ ਮੈਂ ਹੁਣ ਜਾ ਰਿਹਾ ਅਤੇ ਹੁਣ ਮੈਂ ਕੁਛ ਕਰ ਨਿਬੜਾਂਗਾ, ਕਰਕੇ ਦਿਖਾਵੇ, ਫਿਰ ਤਾਂ ਮਜ਼ਾ ਆਇਆ, ਅਤੇ ਜੇ ਤੁਸੀਂ ਉਹਦੇ ਠੇਡੇ ਖਾਂਦੇ ਮੁੜ ਕੇ ਆ ਗਏ ਤਾਂ ਫਿਰ ਕੋਈ ਫਾਇਦਾ ਨਹੀਂ ਹੈ। ਸੋ ਇਸ ਕਰਕੇ ਪਹਿਲਾਂ ਹੀ ਪੂਰੀ ਜੰਗੀ ਪੱਧਰ ਦੀ ਤਿਆਰੀ ਹੋਣੀ ਬਹੁਤ ਜ਼ਰੂਰੀ ਹੈ ਕਿ ਮੈਂਟਲੀ ਐਂਡ ਫਿਜ਼ੀਕਲੀ ਯੂ ਗੋਟ ਬੀ ਪ੍ਰਪੇਅਰਡ ਕਿ ਮੈਂ ਹੁਣ ਜਾ ਰਿਹਾ ਉਸ ਵਤਨ ਦੇ ਵਿੱਚ, ਜਾ ਕੇ ਮੈਂ ਸੈਟਲ ਹੋਣਾ। ਕੰਮ ਬਟਮੇ ਬੜੇ ਧੱਕੇ ਵੀ ਪੈਂਦੇ ਆ ਔਰ ਪੈਣੇ ਵੀ ਆ, ਔਰ ਉਹ ਕੰਮ ਕਰਨੇ ਪੈਂਦੇ ਜਿਹੜੇ ਕਿ ਅਸੀਂ ਕਦੇ ਅਸੀਂ ਸੋਚ ਨਹੀਂ, ਤਸਵਰਾਤ ਵਿੱਚ ਸੋਚ ਨਹੀਂ ਸਕਦੇ ਸੀ, ਉਹ ਕਰਨੇ ਪੈਂਦੇ ਔਰ ਕਰਨੇ ਚਾਹੀਦੇ ਵੀ ਆ, ਕਿਉਂਕਿ ਜੇ ਇਹ ਨਹੀਂ ਕਿ ਮਾਂ ਨੇ ਪਕਾਤੀਆਂ ਅਤੇ ਬੱਚਿਆਂ ਨੇ ਖਾ ਲਈਆਂ, ਉੱਥੇ ਜਾ ਕੇ ਆਪ ਹੀ ਆਪਣੇ ਹੱਥੀਂ ਸਾਰਾ ਕੰਮ ਕਰਨਾ ਪੈਂਦਾ। ਚਲੋ ਜੀ, ਮੀਡੀਆ ਦੇ ਖੇਤਰ ਦੇ ਵਿੱਚ ਜਾਣੀ ਪਹਿਚਾਣੀ ਸ਼ਖਸੀਅਤ ਬਰਤਾਨੀਆ ਦੀ ਧਰਤੀ ਤੋਂ ਜੋਰਾਵਰ ਸਿੰਘ ਆਖਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਸੀ, ਤੁਸੀਂ ਆਏ ਜੀ, ਪ੍ਰੋਗਰਾਮ 'ਚ ਸਮਾਂ ਕੱਢਿਆ, ਬਹੁਤ ਧੰਨਵਾਦ ਕਰਦੇ ਹਾਂ। ਔਰ ਸਭ ਤੋਂ ਪਹਿਲਾਂ ਸਤਪਾਲ ਜੀ, ਮੈਂ ਆਪ ਜੀ ਦਾ ਬਹੁਤ ਹੀ ਰਿਣੀ ਹਾਂ, ਧੰਨਵਾਦੀ ਹਾਂ, ਮਮਨੂਨ ਹਾਂ, ਸ਼ੁਕਰਗੁਜ਼ਾਰ ਹਾਂ, ਔਰ ਉਸ ਤੋਂ ਇਲਾਵਾ ਮੈਂ ਪੰਨੂ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਦੀ ਮਾਰਫਤ ਉਹਨਾਂ ਦਾ ਚੈਨਲ ਤੁਹਾਡਾ ਆਪਣਾ ਚੈਨਲ ਹੈ, ਔਰ ਤੁਸੀਂ ਮੈਨੂੰ ਲੱਭਿਆ, ਅਰੇ ਮੈਨੂੰ ਬੜਾ ਚਾਓ ਅੱਜ ਕਿ ਇਹ ਮੇਰੀ ਸੈਕਿੰਡ ਸਬਸਕੁਐਂਟ ਜੋ ਤੁਹਾਡੇ ਨਾਲ ਮੁਲਾਕਾਤ ਹੈ, ਔਰ ਅੱਜ ਮੈਨੂੰ ਸਰੂਰ ਆ ਗਿਆ ਕਿ ਅੱਜ ਧੁੱਪ 'ਚ ਬੈਠ ਕੇ ਇਸ ਪੈਲਸ ਵਿੱਚ ਬੈਠ ਕੇ, ਉਹ ਵੀ ਤੁਹਾਡੇ ਨਗਰ ਦੇ ਵਿੱਚ ਬੈਠ ਕੇ, ਆਨੰਦ ਆ ਗਿਆ। ਔਰ ਆਪ ਜੀ ਦਾ ਔਰ ਤਾਂ ਆਪ ਜੀ ਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਕੋਈ ਸਮਾਂ ਬਰਦਾਸ਼ਤ ਕੀਤਾ, ਔਰ ਕੋਈ ਜਾਣੇ ਅਣਜਾਣੇ ਕੋਈ ਇਹੋ ਜਿਹਾ ਅਪ ਸ਼ਬਦ ਜਾਂ ਕੋਈ ਇਹੋ ਜਿਹੇ ਸ਼ਬਦ ਦਾ ਪ੍ਰਯੋਗ ਹੋ ਗਵੇ, ਸੋ ਆਈ ਡੂ ਐਕਸਟੈਂਡ ਮਾਈ ਸਿੰਸੀਅਰ ਅਪੋਲੋਜੀ ਐਂਡ ਅਬੰਡੈਂਸ ਆਫ ਥੈਂਕਸ ਟੂ ਯੂ ਐਂਡ ਟੂ ਯੋਰ ਇੰਟਾਇਰ ਕਰੂ। ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਚਲੋ ਜੀ, ਇਸ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੈ। ਸਤਿ ਸ਼੍ਰੀ ਅਕਾਲ।